ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਆ? ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਹੋਵੋਗੇ। ਅਤੇ ਮੇਰੇ ਜਿੰਨੇ ਵੀ ਵੀਰ ਭਰਾ ਮੇਰੀਆਂ ਵੀਡੀਓ ਨੂੰ ਪਿਆਰ ਦਿੰਦੇ ਆ, ਇੱਦਾਂ ਹੀ ਪਿਆਰ ਦਿੰਦੇ ਰਹੋ, ਅੱਗੇ ਨਵੇਂ ਨਵੇਂ ਅਪਡੇਟ ਆਪਾਂ ਤੁਹਾਡੇ ਲੈ ਕੇ ਆਉਂਦੇ ਰਹਾਂਗੇ। ਅਤੇ ਅੱਜ ਆਪਾਂ ਆਏ ਹਾਂ ਜੀ ਸਮਰੇ ਭਰਾ ਦੇ ਕੋਲ, ਅਤੇ ਬਹੁਤ ਵਧੀਆ ਆਪਣਾ ਭਰਾ ਕੰਮ ਕਰਦਾ ਆ, ਅਤੇ ਪੂਰੇ ਕੰਮ ਆਪਾਂ ਦਿਖਾਵਾਂਗੇ ਕਿੰਨਾ ਵਧੀਆ ਵਧੀਆ ਕੰਮ ਜਿੰਨਾ ਵੀ ਕੀਤਾ ਹੋਇਆ ਆ। ਦੋ ਟਰੈਕਟਰ ਆਪਾਂ ਤੁਹਾਡੇ ਲਈ ਅੱਜ ਲੈ ਕੇ ਆਏ, ਨਿਊ ਹੋਲੈਂਡ ਅਤੇ ਸਵਰਾਜ, ਦੋਨੇ ਬਹੁਤ ਸੋਹਣੇ ਤਿਆਰ ਕੀਤੇ ਹੋਏ ਆ ਭਰਾ ਨੇ। ਅਤੇ ਨਾਲ ਦੀ ਨਾਲ ਆਪਾਂ ਡਿਟੇਲ ਦੇਵਾਂਗੇ, ਨਾਲ ਦੀ ਨਾਲ ਆਪਾਂ ਰੇਟ ਦੱਸਾਂਗੇ ਵੀ ਕੀ ਰੇਟ ਪੈ ਜਾਂਦਾ, ਕਿੱਦਾਂ ਦੇ ਸਿਸਟਮ ਦਾ ਕੀ ਹਿਸਾਬ ਕਿਤਾਬ ਹੁੰਦਾ, ਪੂਰੀ ਗੱਲਬਾਤ ਭਰਾ ਕਰਾਂਗੇ। ਅਤੇ ਆਪਣਾ ਬਾਈ ਜਿਹਦਾ ਸਵਰਾਜ ਟਰੇਟਰ ਆ, ਤਰਨ, ਅਤੇ ਵੀਰ ਆਪਣਾ ਨਾਮ ਦੱਸ ਦੇ। ਤਰਨਜੀਤ ਸਿੰਘ। ਠੀਕ ਹੈ, ਤਾਂ ਆਪਣਾ ਏਰੀਆ ਕਿਹੜਾ ਆ? ਠੀਕ ਹੈ, ਠੀਕ ਹੈ ਵੀਰੇ। ਅਤੇ ਸਮਰੇ ਵੀਰੇ, ਆਪਣੇ ਬਾਰੇ ਇੱਕ ਵਾਰੀ ਦੱਸ ਦੇ, ਆਪਣੀ ਸ਼ੋਪ ਦਾ ਨਾਮ, ਨੰਬਰ ਅਤੇ ਇੰਸਟਾਗ੍ਰਾਮ ਦੀ ਆਈਡੀ ਆਪਾਂ ਸਕਰੀਨ 'ਤੇ ਐਡ ਕਰ ਦਾਂਗੇ। ਭਾਜੀ ਮੇਰਾ ਨਾਮ ਹੈ ਜੀ ਸਨੀ। ਠੀਕ ਹੈ, ਆਪਣੀ ਸ਼ੋਪ ਹੈਗੀ ਆ ਫਗਵਾੜਾ ਟੂ ਹੁਸ਼ਿਆਰਪੁਰ ਰੋਡ, ਠੀਕ ਹੈ, ਨੀਅਰ ਐਚ ਪੀ ਪੰਪ, ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਨਾਲ ਹੀ ਆ। ਅਤੇ ਜਿੱਥੇ ਪੰਪ ਆ, ਪੰਪ ਤੋਂ ਥੋੜ੍ਹਾ ਜਿਹਾ ਨਾਲ ਅੰਦਰ ਨੂੰ ਜਾ ਕੇ ਮਤਲਬ 10 ਕਦਮਾਂ, ਅਤੇ ਅੰਦਰ ਨਾਲ ਹੀ ਸਾਈਡ ਜਿਹੜੀ ਸ਼ੋਪ ਆ, ਅਤੇ ਬਾਕੀ ਤੁਸੀਂ ਵਿਜਿਟ ਕਰ ਸਕਦੇ ਆ। ਬਹੁਤ ਵਧੀਆ ਭਰਾ ਆਪਣਾ ਕੰਮ ਕਰਦਾ, ਅਤੇ ਆਪਾਂ ਕੰਮ ਦੀ ਪੂਰੀ ਡਿਟੇਲ ਦਿੰਦੇ ਹਾਂ, ਪੂਰੀ ਮੋਡੀਫਿਕੇਸ਼ਨ ਦਿਖਾਉਂਦੇ, ਨਾਲ ਦੀ ਨਾਲ ਰੇਟ ਦੱਸਦੇ ਹਾਂ। ਵੀਰੇ, ਸਭ ਤੋਂ ਪਹਿਲਾਂ ਤਾਂ ਮੈਨੂੰ ਸਵਰਾਜ ਟਰੇਟਰ ਦਾ ਇੱਕ ਵਾਰੀ ਮਾਡਲ ਦੱਸ ਦਿਓ ਕਿੰਨਾ ਮਾਡਲ। ਠੀਕ ਹੈ, ਅਤੇ ਆਪਾਂ ਇੰਜਣ ਦੇ ਵਿੱਚ ਜਾਂ ਕੋਈ ਟਰਬੋ ਵਗੈਰਾ ਆਪਾਂ ਕੋਈ ਐਡ ਕੀਤੀ ਇਹਦੇ ਵਿੱਚ? ਇਹਨੂੰ ਸਿੰਪਲ ਹੀ ਨੋਰਮਲ ਚੱਲਦਾ ਪਿਆ, ਹੈ ਨਾ? ਠੀਕ ਆ, ਅਤੇ ਕਿੰਨੇ ਹੌਸ ਪਾਵਰ ਇਹਦਾ ਕੰਪਨੀ ਨੂੰ ਕਲੇਮ ਕਰਦੀ ਆ? 50 ਕੁ। ਠੀਕ ਹੈ ਵੀਰੇ, ਠੀਕ ਆ। ਅਤੇ ਬਾਕੀ ਦੀ ਜਿੰਨੀ ਡਿਟੇਲ ਆ ਮੋਡੀਫਿਕੇਸ਼ਨ ਦੀ, ਉਹ ਸਾਰੀ ਆਪਣਾ ਸਮਰਾ ਭਰਾ ਦਊਗਾ, ਅਤੇ ਜਿੰਨੀ ਵੀ ਡਿਟੇਲ ਆ। ਅਤੇ ਆਪਾਂ ਫਰੰਟ ਸਾਈਡ ਤੋਂ ਸਟਾਰਟ ਕਰ ਲੈਂਦੇ ਹਾਂ। ਅਤੇ ਭਾਈ, ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਜਿਹੜੇ ਰੂਟਸ ਦੇ ਹੋਰ ਨਾ, ਕਿੰਨੇ ਦੀ ਜੋੜੀ ਮਿਲ ਜਾਂਦੀ ਹੈ? ਇਹ ਭਾਜੀ 1600 ਰੁਪਏ ਦੇ ਕਰੀਬ ਜੋੜੀ ਹੈਗੀ ਆ ਜੀ। ਠੀਕ ਹੈ, ਵਿੱਚ ਫਿਟਿੰਗ ਫੁਟਿੰਗ ਕਰਕੇ 1700 ਰੁਪਏ, 1700 'ਚ ਪੈ ਜਾਂਦੀ ਹੈ, ਹੈ ਨਾ? ਠੀਕ ਹੈ ਭਾਜੀ, ਠੀਕ ਹੈ। ਅਤੇ ਜਿਹੜਾ ਬੰਪਰ ਲੱਗਾ ਹੋਇਆ, ਕਿੰਨੀ ਕੁ ਲੈਂਥ ਆ ਇਹਦੀ? ਇਹ ਭਾਜੀ ਇਹਨੂੰ ਥੋੜ੍ਹਾ ਛੋਟਾ ਹੀ ਲੱਗਾ, ਵੈਸੇ ਇਹਦਾ ਵਜ਼ਨ ਹੋਣਾ ਕੋਈ 45 ਤੋਂ 50 ਕਿਲੋ ਦੇ ਕਰੀਬ। ਅੱਛਾ ਜੀ, ਹਾਂਜੀ। ਅਤੇ ਜਿਹੜੀ ਲੈਂਥ ਆ, ਮਤਲਬ ਇਹ ਨਹੀਂ ਇੰਨੀ ਜ਼ਿਆਦਾ ਹੈਗੀ, ਨੋਰਮਲ ਜਿੱਦਾਂ ਪਹਿਲਾਂ ਚੱਲਦੀ ਸੀ ਉਹ ਲੈਂਥ ਲੱਗੀ ਹੋਈ ਆ, ਹੈ ਨਾ? ਠੀਕ ਆ, ਅਤੇ ਕਿੰਨੇ ਕੁ ਦਾ ਵੰਪਰ ਜਿੱਦਾਂ ਭਾਈ ਤਿਆਰ ਹੋ ਜਾਂਦਾ ਆ? ਇਹ ਭਾਜੀ ਹੁਣ ਮੇਰੇ ਹਿਸਾਬ ਨਾਲ 14-15 ਹਜ਼ਾਰ ਰੁਪਏ ਦੇ ਕਰੀਬ ਹੋ ਜਾਂਦਾ ਆ। ਠੀਕ ਆ, ਹਾਂਜੀ, ਵਧੀਆ ਵਾਲਾ ਬੰਪਰ ਆ, ਮਤਲਬ ਨਿੱਘਰ ਆ, ਕੋਈ ਇੱਦਾਂ ਨਹੀਂ ਗਾ ਵੀ ਹਲਕਾ ਲਾਇਆ ਜਾਂ ਕੁਛ ਵੀ ਆ। ਠੀਕ ਹੈ ਭਾਜੀ, ਹਾਂ, ਵਧੀਆ ਵਾਲਾ ਬੰਪਰ ਲੱਗਾ ਹੋਇਆ। ਠੀਕ ਹੈ ਭਾਜੀ, ਠੀਕ ਹੈ ਭਾਜੀ। ਜਿੱਦਾਂ ਭਾਈ 'ਚ ਬੈਜਿੰਗ ਕੀਤੀ ਹੋਈ ਆ, ਹਾਂਜੀ, ਹੈ ਨਾ? ਇਹਦਾ ਆਪਾਂ ਨੂੰ ਕੀ ਖਰਚਾ ਪੈਂਦਾ ਲਾਈਟਿੰਗ ਵਾਲੀ ਦਾ? ਇਹ ਲਾਈਟਿੰਗ ਵਾਲੀ ਭਾਜੀ 800 ਤੋਂ 1000 ਰੁਪਏ ਦੀ ਕਿਵੀ ਪਲੇਟ ਪੈਂਦੀ ਆ ਇਹ। ਠੀਕ ਹੈ, ਹਾਂਜੀ। ਇਸ ਤੋਂ ਬਾਅਦ ਆਪਾਂ ਇਹਦੇ ਵਿੱਚ OMH ਫਿਟਿੰਗ ਵਾਲੀਆਂ ਮੇਨ ਹੈਡਲਾਈਟਸ ਪਾਈਆਂ। ਠੀਕ ਹੈ ਭਾਜੀ, ਇਹਦੇ ਵਿੱਚ ਕੋਈ ਤਾਰ ਕੱਟ ਵੱਡ ਨਹੀਂ, ਕੋਈ ਕੁਛ ਨਹੀਂ, ਪ੍ਰੋਪਰ LED ਪਲੱਗ ਟੂ ਪਲੱਗ ਹੁੰਦਾ ਨਾ? ਪਲੱਗ ਟੂ ਪਲੱਗ ਵਾਇਰਿੰਗ ਹੈ ਭਾਜੀ। ਠੀਕ ਹੈ, ਤੇ ਇਹ ਜਿੱਦਾਂ ਵਿੱਚ ਮਤਲਬ ਜਿਹੜੀ ਰੈੱਡ ਹੁੰਦੀ ਹੈ ਲਾਈਟ ਵਿੱਚ, ਉਹ ਪ੍ਰੋਜੈਕਟਰ ਆ ਭਾਜੀ? ਠੀਕ ਹੈ, ਮਤਲਬ ਪਹਿਲਾਂ ਹੀ ਆਉਂਦੀ ਆ, ਹੈ ਨਾ? ਪਹਿਲਾਂ ਹੀ ਆਲਰੇਡੀ। ਠੀਕ ਹੈ ਵੀਰੇ, ਠੀਕ ਹੈ। ਤੇ ਜਿਹੜੀ ਮਤਲਬ ਪਲੇਟ ਆਪਾਂ ਥੱਲੇ ਤਿਆਰ ਕੀਤੀ ਹੈ ਨਾਮ ਵਾਲੀ, ਉਹਦੇ ਵਿੱਚ ਜਿੱਦਾਂ ਹੁਣ ਨਵਾਂ ਚੱਲਦਾ ਕੰਮ ਵੀ ਇੰਡੀਕੇਟਰ ਵਗੈਰਾ ਵੀ ਆਉਂਦੇ ਆ, ਹੈ ਨਾ? ਉਹ ਉਹਦੀ ਥੋੜੀ ਡਿਊਰੇਬਿਲਿਟੀ ਘਟ ਜਾਂਦੀ ਆ, ਇਹਦੀ ਲਾਈਟ ਉਸ ਪਲੇਟ ਨਾਲੋਂ ਇਹਦੀ ਲਾਈਟ ਵੱਧ ਹੁੰਦੀ ਆ, ਵੱਧ ਹੁੰਦੀ ਆ ਜਿਹੜੀ ਸਿੰਗਲ ਕਲਰ ਦੇ ਵਿੱਚ ਆ। ਜਿਹੜੀ ਡਿਊਰੇਬਲ ਆ ਉਹਦੀ ਥੋੜੀ ਲਾਈਫ ਘੱਟ ਹੁੰਦੀ ਆ, ਘੱਟ ਚੱਲਦੀ ਆ, ਛੇਤੀ ਖਰਾਬ ਹੋਣ ਦਾ ਖਤਰਾ ਆ। ਠੀਕ ਹੈ, ਤੇ ਮਤਲਬ ਇਹਦੇ ਨਾਲੋਂ ਲਾਈਟ ਉਹਦੀ ਘੱਟ ਹੋਣੀ ਆ, ਹੈ ਨਾ? ਇਹਦੇ ਵਿੱਚ ਜਿਹੜੀ ਲਾਈਟ ਹੈ ਉਹ ਜ਼ਿਆਦਾ ਆਉਂਦੀ ਆ, ਇਹਦੇ ਵਿੱਚ ਵੱਧ ਆਊ। ਤੇ ਉਹਦੇ ਵਿੱਚ ਜੇ ਇੰਡੀਕੇਟਰ ਵਗੈਰਾ, ਮਤਲਬ ਬਾਕੀ ਇਦਾਂ ਹੁੰਦਾ ਵੀ ਕਈਆਂ ਨੂੰ ਕਰੇਜ਼ ਹੁੰਦਾ ਆ ਵੀ ਇੰਡੀਕੇਟਰ ਚਲਾ ਕੇ ਰੱਖਣੇ, ਤੇ ਉਹ ਚੀਜ਼ ਜਗਦੀ ਰਵੇ, ਹੈ ਨਾ, ਇੰਡੀਕੇਟਰਾਂ ਦੇ। ਤੇ ਇਸ ਕਰਕੇ ਉਹਦਾ ਕੀ ਖਰਚਾ ਭਾਈ ਪੈਂਦਾ? ਇੰਨੇ ਕੁ ਵਿੱਚ ਹੀ ਪੈਂਦੀ? 1500 ਰੁਪਏ ਦੇ ਕਰੀਬ ਉਹ ਪੈਂਦੀ ਆ, ਉਹ ਪੈਂਦੀ ਆ। ਠੀਕ ਹੈ, ਉਹਦੇ ਵਿੱਚ ਮਤਲਬ ਜਿਹੜਾ ਪਟਾਇਆ ਦੂਸਰਾ ਯੂਜ਼ ਹੁੰਦਾ, ਜਿਹੜਾ ਆਪਾਂ ਟੈਰਾਂ ਟੂਰਾਂ 'ਚ ਲਾ ਲੈਂਦੇ, ਉਹ ਚੀਜ਼ ਤਿਆਰ ਹੁੰਦੀ ਆ, ਉਹ ਚੀਜ਼ ਤਿਆਰ ਹੁੰਦੀ ਆ। ਠੀਕ ਹੈ ਭਾਜੀ, ਠੀਕ ਹੈ। ਤੇ ਬਾਕੀ ਇੰਜਣ ਦੇ ਬਾਰੇ ਆਪਾਂ ਤੁਹਾਨੂੰ ਦੱਸ ਚੁੱਕੇ ਆ, ਤੇ ਅਸੈਸਰੀ ਜਿੰਨੀ ਵੀ ਲੱਗੀ ਹੋਈ ਆ ਭਾਈ, ਅਸੈਸਰੀ ਆਪਾਂ ਕ੍ਰੋਮ ਅਸੈਸਰੀ ਤੇ ਵਧੀਆ ਵਧੀਆ ਲੱਗੀ ਹੋਈ ਆ, ਹੈ ਨਾ? ਤੇ ਜਿੱਦਾਂ ਗਨ ਲੱਗੀ ਹੋਈ ਆ ਸ਼ੀਸ਼ੇ ਦੀ ਜਗ੍ਹਾ ਤੇ, ਹਾਂਜੀ, ਇਹ ਕੀ ਖਰਚਾ ਇਹਦਾ ਆਪਾਂ ਨੂੰ ਪੈ ਜਾਂਦਾ? ਇਹ ਭਾਜੀ ਤਕਰੀਬਨ ਕੋਈ 1500 ਰੁਪਏ ਦੇ ਕਰੀਬ ਪੈਂਦੀ ਆ, ਵਧੀਆ ਕ੍ਰੋਮ ਦੇ ਵਿੱਚ। ਆਮ ਨੋਰਮਲ ਕ੍ਰੋਮ ਵੀ ਆਉਂਦੀ ਆ ਜਿਹੜਾ ਕਾਲਾ ਹੋ ਜਾਂਦਾ, ਠੀਕ ਹੈ, ਇਹਦੀ ਇਹ ਗਰੰਟੀ ਹੈ ਕਾਲਾ ਨਹੀਂ ਹੋਊਗਾ ਕ੍ਰੋਮ ਕਦੇ। ਠੀਕ ਹੈ ਭਾਜੀ, ਇੱਦਾਂ ਹੀ ਰਹੂਗਾ ਜਿੱਦਾਂ ਹੈ ਬਾਕੀ, ਇੱਦਾਂ ਵੀ ਥੋੜ੍ਹਾ ਬਹੁਤਾ ਸਾਂਭ ਤੇ ਵੀ ਡਿਪੈਂਡ ਹੁੰਦਾ ਵੀ ਜੇ ਹੁਣ ਵੱਧ ਧੋਤਾ ਧੂਤਾ ਟਰੇਟਰ ਪਾਣੀ ਰਹਿਣ ਤਾਂ ਉੱਤੇ ਫਿਰ ਉਹ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਨਾ? ਤੇ ਜੇ ਮਤਲਬ ਨਾਲ ਦੀ ਨਾਲ ਆਪਾਂ ਸਫਾਈ ਰੱਖੀਏ, ਤੇ ਬਾਕੀ ਜਿਹਨੇ ਕ੍ਰੋਮ ਲਗਵਾਈ ਹੋਈ ਉਹ ਭਰਾ ਨੂੰ ਸਾਰਿਆਂ ਨੂੰ ਪਤਾ ਹੈ ਕਿ ਥੋੜ੍ਹੀ ਸਫਾਈ ਜ਼ਿਆਦਾ ਰੱਖਣੀ ਪੈਂਦੀ ਕ੍ਰੋਮ ਦੀ। ਤੇ ਭਾਜੀ ਦਾ ਸਿਸਟਮ ਵਧੀਆ ਲੱਗਾ ਹੋਇਆ ਆ, ਉਹਦਾ ਕਰਕੇ ਮੈਂ ਬੈਟਰੀ ਜਾਂ ਅਲਟੀਨੇਟਰ 'ਚ ਕੁਛ ਚੇਂਜ ਕੀਤਾ? ਹਾਂਜੀ, ਇਹਦਾ ਭਾਜੀ ਅਲਟੀਨੇਟਰ ਜਿਹੜਾ ਆ 120 ਐਂਪੀਅਰ ਦਾ ਪਾਇਆ, ਬੋਸ਼ ਕੰਪਨੀ ਦਾ ਓਰੀਜਨਲ ਦੇ ਵਿੱਚ 120 ਐਂਪੀਅਰ ਦਾ ਅਲਟੀਨੇਟਰ ਇਹਨੂੰ ਲਾਇਆ ਹੋਇਆ ਆ। ਠੀਕ ਹੈ, ਤੇ 100 ਐਂਪੀਅਰ ਦੀ ਇਹਦੇ ਵਿੱਚ ਬੈਟਰੀ ਹੈ, ਇੱਕ ਸਾਈਡ ਦੀ ਨੋਰਮਲ ਜਿਹੜੀ ਟਰੈਕਟਰ ਦੇ ਨਾਲ ਆਉਂਦੀ ਹੈ ਉਹਨੂੰ ਕੱਢ ਕੇ, ਅਤੇ ਇਹਦੇ ਵਿੱਚ 100 ਐਂਪੀਅਰ ਦੀ ਆਪਾਂ ਬੈਟਰੀ ਪਾਈ ਹੋਈ ਆ। ਉਹਦੇ ਨਾਲ ਕੀ ਆ ਵੀ ਉਹਨੂੰ ਫੁੱਲ ਪਾਵਰ ਮਿਲਣੀ ਚਾਹੀਦੀ ਆ, ਫੇਰ ਹੀ ਬੂਫਰ ਵਧੀਆ ਚੱਲਦੇ। ਹਾਂਜੀ ਹਾਂਜੀ, ਕਿਉਂਕਿ ਜੇ ਕਰੰਟ ਨਹੀਂ ਵਧੀਆ ਮਿਲੂਗਾ ਤਾਂ ਬੂਫਰ ਨਹੀਂ ਵੱਜਣੇ, ਫਿਰ ਸਵਾਦ ਨਹੀਂ ਆਉਣਾ ਮਿਊਜ਼ਿਕ ਸਿਸਟਮ ਸੁਣਨ ਦਾ ਵੀ, ਹੈ ਨਾ? ਤੇ ਸਿਸਟਮ ਜਿਹੜਾ ਘੈਂਟ ਵੱਜਦਾ ਹੋਵੇ
ਤੇ ਫੈਂਡਰਾਂ ਦੇ ਉੱਪਰ ਵੀ ਜਿਹੜਾ ਤੁਸੀਂ ਦੇ ਸਕਦੇ ਆ ਬਲੈਕ ਵਾਲਾ ਤੁਸੀਂ ਦੇ ਸਕਦੇ ਫੈਂਡਰਾਂ ਦੇ ਉੱਪਰ ਵੀ ਕੀਤਾ ਹੋਇਆ ਇਹਦੇ ਨਾਲ ਵੀ ਜਿਹੜਾ ਰੰਗ ਰੁੰਗ ਜਿਹੜਾ ਖਰਾਬ ਹੋਣ ਤੋਂ ਬਚਿਆ ਰਹਿੰਦਾ ਰੇਟਰ ਤੇ ਨਾਲ ਦੀ ਨਾਲ ਹੈਂਡਲ ਤੁਸੀਂ ਲੱਗੇ ਦੇ ਸਕਦੇ AK-47 ਵਾਲੇ ਇਹਨਾਂ ਦਾ ਭਾਈ ਕੀ ਖਰਚਾ ਪੈਂਦਾ ਦੋਨਾਂ ਦਾ 1500 ਰੁਪਏ ਦੇ ਪੈਸੇ ਕੇ ਦੋਨੇ ਭਾਜੀ ਅੱਛਾ ਜੀ ਤੇ ਮਤਲਬ ਐਨ ਵਧੀਆ ਵਾਲੀ ਕੁਆਲਿਟੀ ਆ ਹਨਾ ਠੀਕ ਆ ਤੇ ਜਿਹੜੀ ਆਪਾਂ ਰੇਸ ਕੀਤੀ ਹੋਈ ਆ ਚੇਂਜ ਭਾਜੀ ਹਾਂਜੀ ਇਹ ਵੀ ਕ੍ਰੋਮ ਅਸੈਸਰੀ ਦੇ ਵਿੱਚ ਇਹਦਾ ਇਹਦਾ ਜਿਹੜਾ ਆ ਆਪਾਂ ਕਹਿ ਸਕਦੇ ਆ ਵੀ ਆ ਜਿਹੜਾ ਸਟੀਅਰਿੰਗ ਆ ਇਹ ਵੀ ਵਧੀਆ ਵਾਲਾ ਲੱਗਾ ਹੋਇਆ ਆ ਆਮ ਨਾਰਮਲ ਸਸਤੇ ਪੈਂਦੇ ਇਹ ਥੋੜਾ ਵਧੀਆ ਕੋਸਟਿੰਗ ਦੇ ਵਿੱਚ ਲਾਇਆ ਹੋਇਆ ਹੈ ਠੀਕ ਆ ਤੇ ਕਿੰਨੇ ਕਿ ਦੀ ਕੋਸਟ ਆਪਾਂ ਨੂੰ ਸਟੀਅਰਿੰਗ ਦੀ ਕਿੰਨੇ ਕਿ ਦੀ ਪੈਂਦੀ 1500 ਰੁਪਏ ਦਾ ਸਟੀਅਰਿੰਗ ਆ ਭਾਜੀ 1500 ਦਾ 1500 ਰੁਪਏ ਦਾ ਠੀਕ ਆ ਤੇ ਰੇਸ ਰੇਸ ਭਾਜੀ 5-600 ਰੁਪਏ ਦੇ ਕੋਈ ਰੇਸ ਸੀ ਠੀਕ ਹੈ ਗੱਲੀ ਭਾਜੀ ਠੀਕ ਹੈ ਵੀਰੇ ਠੀਕ ਹੈ ਤੇ ਬਹੁਤ ਵਧੀਆ ਜਿੰਨੀ ਮਤਲਬ ਨਾਰਮਲ ਜਿੰਨੀ ਕਿ ਅਸੈਸਰੀ ਚਾਹੀਦੀ ਹੈ ਟ੍ਰੈਕਟਰ ਦੇ ਉੱਪਰ ਜ਼ਿਆਦਾ ਸ਼ੋਸ਼ਾ ਵੀ ਨਹੀਂ ਚੰਗਾ ਲੱਗਦਾ ਹੁੰਦਾ ਕਿਉਂਕਿ ਉਹ ਫਿਰ ਜੀ ਜੱਜਣੋਂ ਹਟ ਜਾਂਦੀ ਆ ਬਿਲਕੁਲ ਜ਼ਿਆਦਾ ਸ਼ੋਸ਼ਾ ਕੀਤਾ ਹੋਵੇ ਤੇ ਹੁਣ ਆਪਾਂ ਸਿਸਟਮ ਦੇ ਰੂਫ ਵਾਲੇ ਚੱਲਦੇ ਆ ਤੇ ਭਾਈ ਸਿਸਟਮ ਦੇ ਬਾਰੇ ਮੈਨੂੰ ਪਹਿਲਾਂ ਦੱਸਿਓ ਬਾਬਾ 6 ਸਬਵੂਫਰ ਯੂਜ਼ ਕੀਤੇ ਆ ਤੇ ਆਪਾਂ ਕਿਹੜੇ-ਕਿਹੜੇ ਸਬਵੂਫਰ ਯੂਜ਼ ਕੀਤੇ ਆ ਭਾਜੀ ਜਿਹੜੇ ਉੱਪਰ ਲੱਗੇ ਹੋਏ ਆ ਉਹ ਡਬਲ ਕੋਇਲ ਬੂਫਰ ਆ 300 ਨੋ ਰੀਅਰ ਮਿਲਦੇ ਆ ਮਤਲਬ ਇੰਨੇ ਸਾਫ਼ ਪੀਸ ਕਿਤੇ ਮਿਲਦੇ ਨਹੀਂਗੇ ਠੀਕ ਹੈ ਉਹ ਇਹਨਾਂ ਨੂੰ ਅਵੇਲੇਬਲ ਕਰਵਾਏ ਸੀਗੇ ਤੇ ਥੱਲੇ ਲੱਗੇ ਆ 12-12 ਜਿਹੜੇ ਹੁਣ ਲੇਟੈਸਟ ਚੱਲਦੇ ਪਏ ਆ ਠੀਕ ਹੈ ਤੇ ਉਸ ਤੋਂ ਬਾਅਦ ਇਹਦੇ ਥੱਲੇ ਜਿਹੜੇ ਲੱਗੇ ਹੋਏ ਆ ਬੈਕ ਸਾਈਡ ਜਾਂ ਦੁਬਾਰਾ ਨਿਕਲੇ ਬੈਕ ਸਾਈਡ ਦੇ ਜਿਹੜੇ ਥੱਲੇ ਲੱਗੇ ਹੋਏ ਆ ਇਹ ਲੱਗੇ ਆ JBL ਦੇ JBL ਦੇ 1300 ਵਾਟ ਲੱਗੇ 1300 ਵਾਟ ਓਰੀਜਨਲ ਦੇ ਵਿੱਚ ਠੀਕ ਹੈ ਮਤਲਬ 6 ਸਬਵੂਫਰ ਇਸ ਟਾਈਮ ਵਰਕਿੰਗ ਆ ਨਾ ਇਹਦੇ ਤੇ ਵਰਕਿੰਗ ਵਰਕਿੰਗ ਠੀਕ ਹੈ ਭਾਜੀ ਠੀਕ ਹੈ ਤੇ ਇੱਕ ਹੋਰ ਚੀਜ਼ ਭਾਈ ਦੱਸਣੀ ਆ ਜਿੱਦਾਂ ਹੁਣ ਉਹ 309 ਆ ਮੇਰੇ ਕਈ ਵੀਰ ਕਹਿੰਦੇ ਆ ਕਿ ਖਰਾ ਉਹ ਵੀ 12-12 ਆ ਕਿ ਜਿਹੜੇ ਮਤਲਬ ਹੁਣੇ ਨਵੇਂ ਵਿੱਚ ਆਏ ਆ ਥੱਲੇ ਵਾਲੇ ਸਬਵੂਫਰ ਹਨਾ ਹਾਂਜੀ ਸ਼ੇਪ ਸੇਮ ਆ ਸ਼ੇਪ ਇਹਨਾਂ ਦੀ ਸੇਮ ਆ ਪਰ ਡਿਫਰੈਂਸ ਹੈ ਉਹਨਾਂ ਦੇ ਵਿੱਚ ਠੀਕ ਹੈ ਉਹ ਪੁਰਾਣੇ ਮਾਡਲ 'ਚ ਆ ਜਾਂਦੇ ਆ ਨਵੇਂ ਮਾਡਲ ਦੇ ਵਿੱਚ ਠੀਕ ਹੈ ਤੇ ਇੱਕ ਭਾਈ ਹੋਰ ਚੀਜ਼ ਪੁੱਛਣਾ ਚਾਹੁੰਦਾ ਜਿੱਦਾਂ ਵੀ ਮਤਲਬ ਪਹਿਲੇ ਉਹ ਸਬਵੂਫਰ ਸੀਗੇ ਹਾਂਜੀ ਉਹਨਾਂ ਦੇ ਪੱਤਿਆਂ 'ਚ ਪ੍ਰੋਬਲਮ ਆਉਂਦੀ ਹੁੰਦੀ ਸੀ ਉਹਨਾਂ ਦੇ ਵਿੱਚ ਸੀਗੀ ਉਹ ਪ੍ਰੋਬਲਮ ਨੂੰ ਹੀ ਸੋਲਵ ਕਰਨ ਵਾਸਤੇ ਇਹਨਾਂ ਨੇ ਆ ਜਿਹੜੇ ਨਵੇਂ ਬੂਫਰ ਕੱਢੇ ਆ ਇਹਨਾਂ ਦੇ ਵਿੱਚ ਕੋਈ ਪ੍ਰੋਬਲਮ ਮੈਟ ਦੇ ਵਿੱਚ ਤਿਆਰ ਹੋਈ ਮੈਟ ਦੇ ਵਿੱਚ ਤਿਆਰ ਹੋਏ ਉਹਦੇ ਉੱਪਰ ਗਲਾਸ ਲੱਗਾ ਹੁੰਦਾ ਸੀ ਗਲਾਸ ਟਾਈਪ ਇਹ ਕੰਪਲੀਟ ਫਾਈਬਰ ਦੇ ਵਿੱਚ ਠੀਕ ਹੈ ਗਲਾਸ ਦੇ ਵਿੱਚ ਜਿੱਦਾਂ ਹਵਾ ਭਰੀ ਹੁੰਦੀ ਇਦਾਂ ਦਾ ਕੁਝ ਆ ਜਾਂਦਾ ਹੁੰਦਾ ਹੈ ਹੈਨਾ ਕਰੈਕਿੰਗ ਦਾ ਪ੍ਰੋਬਲਮ ਬਹੁਤ ਆਈ ਹੈ ਠੀਕ ਹੈ ਭਾਜੀ ਠੀਕ ਹੈ ਤੇ ਜਿਹੜੇ ਆਪਾਂ ਓਵਲ ਇਹਦੇ ਵਿੱਚ ਯੂਜ਼ ਕੀਤੇ ਆ ਭਾਜੀ ਹਾਂਜੀ ਹਾਂਜੀ ਇਹ ਕਿੰਨੇ ਕਿ ਦੀ ਆਪਾਂ ਨੂੰ ਜੋੜੀ ਮਿਲ ਜਾਂਦੀ ਹੈ ਇਹ ਭਾਜੀ ਆਪਾਂ ਨੂੰ ਮਿਲ ਜੂਗੀ 2400 ਰੁਪਏ ਦੇ ਕਰੀਬ ਜੋੜੀ ਮਿਲ ਜੂਗੀ ਭਾਜੀ ਠੀਕ ਹੈ ਹਾਂਜੀ ਇਹ ਪਾਇਨੀਅਰ ਦੇ ਲੱਗੇ ਆ ਓਰੀਜਨਲ 420 ਵਾਟ ਦੇ ਵਿੱਚ ਠੀਕ ਹੈ ਭਾਜੀ ਤੇ ਕਿੰਨੇ ਮਤਲਬ ਵੀ ਜਿੱਦਾਂ ਉੱਤੇ ਥੱਲੇ ਵੀ ਹੁੰਦਾ ਰਹਿੰਦਾ ਰੇਟ ਕਿ ਮਤਲਬ ਇੱਥੇ ਕਟਾਕੀ ਟਿਕਿਆ ਰਹਿੰਦਾ ਕੰਮ ਥੋੜਾ ਬਹੁਤਾ ਉੱਪਰ ਥੱਲੇ ਹੋਊਗਾ 5000 ਰੁਪਏ ਦੇ ਕਰੀਬ ਜ਼ਿਆਦਾ ਨਹੀਂ ਠੀਕ ਹੈ ਤੇ ਜਿਹੜੇ ਮਤਲਬ 12-12 ਨਵੇਂ ਯੂਜ਼ ਕੀਤੇ ਆ ਉਹ ਕਿੰਨੇ ਦਾ ਆਪਾਂ ਨੂੰ ਪਿਆ ਸਭ ਉੱਪਰ 4500 ਰੁਪਏ ਦੇ ਕਰੀਬ ਇੱਕ ਸਭ ਪੈਂਦਾ ਭਾਜੀ ਜਿਹੜਾ ਡੀਵੀਸੀ ਆ ਡਬਲ ਕੋਇਲ ਆ ਜਿਹੜਾ ਸਿੰਗਲ ਕੋਇਲ ਆ ਥੋੜਾ ਸਸਤਾ ਹੈ ਸਸਤਾ ਹਾਂ ਇਹ ਆਪਾਂ ਡੀਵੀਸੀ ਯੂਜ਼ ਕੀਤੇ ਆ ਠੀਕ ਹੈ ਤੇ ਇੱਕ ਮੈਂ ਹੋਰ ਚੀਜ਼ ਪੁੱਛਣਾ ਚਾਹੁੰਦਾ ਜਦੋਂ ਆਪਾਂ ਨਿਊ ਹੋਲਣ ਨਾਲ ਚੱਲਾਂਗੇ ਉਹਦੇ ਤੇ ਆਪਾਂ 4 ਸਭ ਉੱਪਰ ਵਾਲਾ ਸਿਸਟਮ ਲਾਇਆ ਹੋਇਆ ਹੈ ਨਾ ਭਾਜੀ ਕਿਉਂਕਿ ਨਾਰਮਲ ਜ਼ਿਆਦਾਤਰ ਜਿਹੜੇ ਕੰਮ ਕੁੰਮ ਵਾਲੇ ਟ੍ਰੇਡਰ ਜ਼ਿਆਦਾ ਯੂਜ਼ ਹੁੰਦੇ ਜਾਂ ਤਾਂ ਉੱਤੇ 2 ਸਭ ਉੱਪਰ ਤੇ ਜਾਂ ਹੱਦ 4 ਹੈਨਾ ਜੇ ਆਪਾਂ 6 ਲਗਵਾਈਏ ਤਾਂ ਆਪਾਂ ਥੋੜਾ ਸਾਂਭਣ ਦਾ ਰਹਿੰਦਾ ਕੰਮ ਹੈਨਾ ਤੇ ਥੋੜਾ ਬਹੁਤਾ ਇਦਾਂ ਹੋ ਜਾਂਦਾ ਵੀ ਓਵਰ ਵੀ ਨਹੀਂ ਆਪਾਂ ਉਹਨੂੰ ਚਲਾ ਸਕਦੇ ਕਿਉਂਕਿ ਇੰਨਾ ਕਰੰਟ ਲਗਾਤਾਰ ਮਤਲਬ ਯੂਜ਼ ਹੋਣਾ ਹੈਨਾ ਉਹ ਵੀ ਚੀਜ਼ ਸਹੀ ਨਹੀਂਗੀ ਤੇ 2 ਸਬਵੂਫਰ ਵਾਲਾ ਸਿਸਟਮ ਆਪਾਂ ਨੂੰ ਕਿੰਨਾ ਕਦੇ ਪੈ ਜਾਂਦਾ ਮਤਲਬ ਭਾਜੀ 2 ਸਬਵੂਫਰ ਵਾਲਾ ਸਿਸਟਮ ਅਸੀਂ ਸਟਾਰਟਿੰਗ ਮਾਡਲ ਬਲੂ ਪੰਕ ਦਾ ਦਵਾਂਗੇ 28000 ਰੁਪਏ ਦਾ ਉਹਦੇ ਵਿੱਚ ਮੋਨੋ ਐਂਪਲੀਫਾਇਰ ਵੀ ਹੋਊਗਾ 4 ਸਪੀਕਰ ਹੋਣਗੇ ਪਲੇਅਰ ਲੱਗਾ ਹੋਊਗਾ ਬਾਕਸ ਵਾਇਰਿੰਗ ਫਿਟਿੰਗ A-Z ਕੰਪਲੀਟ ਕਰਕੇ ਠੀਕ ਹੈ 28000 ਰੁਪਏ ਦੇ ਵਿੱਚ ਫਿਟਿੰਗ ਕਰਕੇ ਦਵਾਂਗੇ ਡਬਲ ਸਬਵੂਫਰ ਤੇ ਜੇ ਜਿੱਦਾਂ ਮਤਲਬ 2 ਸਬਵੂਫਰ ਲਗਾਉਣੇ ਹੋਣ ਜਿੱਦਾਂ P2 ਰੌਕਫੋਰਡ ਹੋਵੇ ਹੈਨਾ ਤੇ ਮੋਨੋ ਵਗੈਰਾ ਵੀ 750 ਜਿੱਦਾਂ ਆਪਾਂ ਪ੍ਰਾਈਮ ਯੂਜ਼ ਕਰੀਏ ਹੈਨਾ ਤੇ ਉਹਦੀ ਕੀ ਆਪਾਂ ਨੂੰ ਕੋਸਟ ਪਊਗੀ ਕੰਪਲੀਟ ਕਰਕੇ ਅਪਰੋਕਸੀ ਆ ਤੁਹਾਨੂੰ ਦੱਸ ਦਿੰਦਾ ਵੀ ਉਹਦਾ ਅਪਰੋਕਸੀ ਆ ਖਰਚਾ ਵੀ 48-50000 ਰੁਪਏ ਦੇ ਕਰੀਬ ਮੰਨ ਕੇ ਚੱਲੋ ਇਸ ਤੋਂ ਘਟੂਗਾ ਹੀ ਵਧੂਗਾ ਨਹੀਂ ਵਧੂਗਾ ਨਹੀਂ ਇਸ ਤੋਂ ਘੱਟ-ਘੱਟ ਚ ਕਰ ਠੀਕ ਹੈ ਭਾਜੀ ਤੇ ਇਦਾਂ ਹੁੰਦਾ ਵੀ ਮੇਰੇ ਕਈ ਵੀਰ ਜਿਹੜੇ ਆ ਮੈਨੂੰ ਕਾਫੀ ਕਮੈਂਟ ਵੀ ਆਉਂਦੇ ਫੋਨ ਕਾਲ ਵੀ ਆਉਂਦੇ ਰਹਿੰਦੇ ਆ ਕਿ ਸਬਵੂਫਰਾਂ ਦਾ ਰੇਟ ਜ਼ਰੂਰ ਦੱਸਿਆ ਕਰੋ ਤੇ ਕਿੰਨੇ ਵਿੱਚ ਦਾ ਸਾਰਾ ਸਿਸਟਮ ਜਿਹੜਾ ਤਿਆਰ ਹੋ ਜਾਂਦਾ ਆ ਤੇ ਬਾਕੀ ਜੇ 4 ਲਗਵਾਉਣੇ ਹੋਣ ਤੇ ਮੋਨੋ ਦਾ ਤੇ 2 ਵੂਫਰਾਂ ਦਾ ਹੋਰ ਖਰਚਾ ਵੱਧ ਜਾਣਾ ਖਰਚਾ ਵੱਧ ਜਾਣਾ ਫਿਰ ਭਾਜੀ ਉਹਦੇ ਵਿੱਚ ਤੁਹਾਨੂੰ ਅਲਟਰਨੇਟਰ ਵੀ ਚੇਂਜ ਕਰਨਾ ਪੈਣਾ ਹਾਂਜੀ ਬੈਟਰੀ ਵੀ ਚੇਂਜ ਕਰਨੀ ਪੈਣੀ ਹਾਂਜੀ ਤੇ ਉਹਦੇ ਵਿੱਚ ਵਾਇਰਿੰਗ ਵੀ ਜਿਹੜੀ ਆ ਪ੍ਰੋਪਰ ਗੇਜ ਦੀ ਯੂਜ਼ ਕਰਨੀ ਪੈਣੀ ਹੈ ਜਿਹੜੀ ਪਿਓਰ ਕਾਪਰ ਦੇ ਵਿੱਚ ਆਉਂਦੀ ਠੀਕ ਹੈ ਕਿਉਂਕਿ ਇਦਾਂ ਹੋ ਜਾਂਦਾ ਜਿਹੜਾ ਰੌਕਫੋਰਡ ਆ ਕਾਫੀ ਹੈਵੀ ਜਿੱਦਾਂ ਮਤਲਬ ਬੇਸ ਮਾਰਦਾ ਉਹਨੂੰ ਕਾਫੀ ਜ਼ਿਆਦਾ ਕਰੰਟ ਚਾਹੀਦਾ ਹਨਾ ਥੋੜੇ ਕਰੰਟ ਨਾਲ ਉਹਦੀ ਗੱਲ ਨਹੀਂ ਬਣਦੀ ਤੇ ਇਸ ਕਰਕੇ ਜਿੱਦਾਂ ਆਪਣੇ ਜ਼ਿਆਦਾ ਭਾਈ ਪਾਈਨਰ ਹੀ ਲੱਗਦਾ ਹਨਾ ਵੈਸੇ ਪਾਈਨਰ ਰੌਕਫੋਰਡ ਵੀ ਕਾਫੀ ਟ੍ਰੈਂਡਿੰਗ ਵਿੱਚ ਚੱਲ ਰਿਹਾ ਜਿੱਦਾਂ ਹੁਣ ਬਜਟ ਤੇ ਡਿਪੈਂਡ ਆ ਬੰਦੇ ਦਾ ਕਿੰਨਾ ਬਜਟ ਹੈ ਠੀਕ ਹੈ ਜੇ ਬਜਟ ਦੇ ਵਿੱਚ ਕੰਮ ਕਰਵਾਉਣਾ ਹੁਣ ਕਈ ਸਾਡੇ ਕੋਲ ਕਸਟਮਰ ਆਉਂਦੇ ਉਹ ਕਹਿੰਦੇ ਵੀ ਸਾਡਾ ਇੰਨਾ ਕੁ ਬਜਟ ਆ ਹਾਂਜੀ ਉਹਨਾਂ ਨੂੰ ਅਕੋਰਡਿੰਗ ਟੂ ਬਜਟ ਅਸੀਂ ਸੁਜੈਸਟ ਕਰ ਦਈਦਾ ਵੀ ਤੁਸੀਂ ਆ ਚੀਜ਼ ਲਵਾ ਲਓ ਤੁਹਾਡਾ ਬੈਸਟ ਚੱਲੂ ਬੈਸਟ ਚੱਲੂ ਹਾਂ ਠੀਕ ਹੈ ਭਾਈ ਠੀਕ ਹੈ ਤੇ ਬਾਕੀ ਇਹਨਾਂ ਦੀ ਗਰੰਟੀ ਵਾਰੰਟੀ ਦਾ ਸਾਲ ਸਾਲ ਦੀ ਹੁੰਦੀ ਪੂਰਾ ਦੀ 1 ਸਾਲ ਦੀ ਭਾਜੀ ਠੀਕ ਹੈ ਤੇ ਸਪੀਕਰਾਂ ਦੀ ਵੀ 1 ਸਾਲ ਦੀ 1 ਸਾਲ ਦੀ ਉਹਨਾਂ ਦੀ ਹੈ ਨਾ
ਜ਼ਿਆਦਾਤਰ ਯੂਜ਼ ਕਰਦੇ ਹਾਂ JVC ਜਾਂ ਪੈਨਾਸੋਨਿਕ ਦਾ। ਠੀਕ ਹੈ, ਇਹ ਦੋਨੋਂ JVC ਮਤਲਬ ਬੜਾ ਵਧੀਆ ਚੱਲਦਾ ਪਿਆ, ਇਸ ਟਾਈਮ ਮਤਲਬ ਹਰੇਕ ਬੰਦਾ JVC ਵਾਲੀ ਜਾਂਦਾ ਪਿਆ ਹੈ ਨਾ, ਕਿਉਂਕਿ ਜੇ ਪਾਈਨਰ ਸੋਨੀ ਆਪਾਂ ਵਰਤਦੇ ਹਾਂ ਉਹ ਥੋੜਾ ਮਹਿੰਗਾ ਵੀ ਜ਼ਿਆਦਾ ਆ ਤੇ ਓਨੀ ਕੁਆਲਿਟੀ ਨਹੀਂ ਹੈਗੀ ਫਿਰ ਵੀ, ਹੈ ਨਾ, ਕਿਉਂਕਿ ਜੇ ਆਪਾਂ ਮਹਿੰਗੀ ਚੀਜ਼ ਲਵਾਂਗੇ ਉਹਦੇ ਵਿੱਚ ਆਪਾਂ ਨੂੰ ਥੋੜਾ ਹਾਈ ਤੇ ਜਾਣਾ ਪੈਂਦਾ ਆ ਕੋਸਟ, ਫਿਰ ਜਾ ਕੇ ਵਧੀਆ ਚੀਜ਼ ਮਿਲਦੀ ਜੇ ਆਪਾਂ ਪਾਈਨਰ ਸੋਨੀ ਵਗੈਰਾ ਯੂਜ਼ ਕਰਦੇ ਹਾਂ। ਤੇ ਭਾਜੀ ਰੂਫ ਆਪਾਂ ਇਹਦੇ 'ਚ ਤਿਆਰ ਕੀਤੀ ਆ, ਹੈ ਨਾ, ਤੇ ਕੀ ਕੋਸਟ ਆਪਾਂ ਨੂੰ ਰੂਫ ਦੀ, ਕਿੰਨੀ ਕੁ ਕੋਸਟ ਪੈ ਜਾਂਦੀ ਇਹਦਾ? ਭਾਜੀ ਇਹਦੇ ਵਿੱਚ ਆਪਾਂ ਐਂਡਰੋਇਡ ਪਲੇਅਰ ਵੀ ਫਿੱਟ ਕੀਤਾ ਆ, ਇਹ ਬਾਈ ਦਾ ਭਰਾ ਬਾਹਰ ਆ ਗਗਨ ਆ ਇਹਦਾ ਨਾਂ, ਠੀਕ ਹੈ, ਉਹਦੀ ਫੋਟੋ ਲਵਾਈ ਹੋਈ ਆ ਬਾਈ ਨੇ, ਠੀਕ ਹੈ, ਤੇ ਇਹ ਆਪਾਂ ਨੂੰ ਮਤਲਬ ਕੰਪਲੀਟ ਤਿਆਰ ਕਰਕੇ A to Z ਕੋਈ 15,000 ਰੁਪਏ ਦੇ ਕਰੀਬ ਰੂਫ 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 ਰਾ ਇਹਦੇ ਵਿੱਚ ਲਾਈਟਸ ਵੀ ਹੈਗੀਆਂ, ਠੀਕ ਹੈ, ਅਲੱਗ ਤੋਂ ਚੱਲਦੀਆਂ ਲਾਈਟਸ ਵੀ, ਮੈਂ ਤੁਹਾਨੂੰ ਚਲਾ, ਹਾਂਜੀ ਇੱਕ ਵਾਰੀ ਵਰਕਿੰਗ ਕਰਕੇ ਦਿਖਾ ਦਿਓ, ਮੈਂ ਤੁਹਾਨੂੰ ਵਰਕਿੰਗ ਕਰਾ ਕੇ ਦਿਖਾ ਦਿੰਦਾ ਇਹਨਾਂ ਦੀਆਂ। ਆਹ ਹੈਗੀ ਆ ਇਹਦੇ ਵਿੱਚ ਜਿਹੜੀ ਚੱਲਦੀ ਆ ਉਹ ਵਾਲੀ ਲਾਈਟ, ਠੀਕ ਹੈ, ਆ ਚੱਲਦੀਆਂ ਰੂਫ ਲਾਈਟਸ, ਰੂਫ ਲਾਈਟਸ, ਠੀਕ ਹੈ ਭਾਜੀ। ਤੇ ਫਰੰਟ ਜਿਹੜੀ ਡਿਸਪਲੇ ਵੀ ਤੁਸੀਂ ਦੇ ਸਕਦੇ ਭਾਜੀ, ਮਲਟੀ ਕਲਰ ਵਾਲੀ ਲੱਗੀ ਹੋਈ ਆ, ਮਲਟੀ ਕਲਰ ਲੱਗੀ ਆ ਭਾਜੀ, ਠੀਕ ਹੈ ਭਾਜੀ, ਠੀਕ ਹੈ। ਤੇ ਜੇ ਭਾਜੀ ਇਹਦਾ ਰੂਫ ਇਹੀ ਚੀਜ਼ ਤਿਆਰ ਕਰਵਾਉਣੀ ਹੈ ਤੇ 15,000-16,000 ਦਾ ਮਤਲਬ ਖਰਚਾ ਹੈਗਾ ਆ, ਹਨਾ, ਠੀਕ ਹੈ, ਤੇ ਬਾਕੀ ਜੇ ਥੋੜਾ ਬਹੁਤਾ ਚੇਂਜ ਹੁੰਦਾ ਹੋਵੇ ਮੌਕੇ ਤੇ ਜਿੱਦਾਂ ਮਤਲਬ ਘੱਟ ਹੋਵੇ ਵੱਧ ਹੋਵੇ, ਹਨਾ, ਠੀਕ ਹੈ ਭਾਜੀ, ਠੀਕ ਆ। ਤੇ ਇਹ ਜਿੱਦਾਂ ਟਰੈਕਟਰ ਦੇ ਹਿਸਾਬ ਨਾਲ ਹੁੰਦਾ ਵੀ ਰੂਫ ਜਿੱਦਾਂ ਕਿਸੇ ਦਾ ਵੱਡਾ ਛੋਟਾ ਵੀ ਹੁੰਦਾ ਆ, ਜਿਹੜਾ ਇੱਕ ਹੋਲੈਂਡ ਸਪੈਸ਼ਲ ਐਡੀਸ਼ਨ ਟਰੈਕਟਰ ਆਉਂਦਾ ਇਹਦੀ ਰੂਫ ਹੁੰਦੀ ਥੋੜੀ ਚੌੜੀ, ਅੱਛਾ ਜੀ, ਉਹਦੇ ਵਿੱਚ ਮਤਲਬ 1,000-2,000 ਰੁਪਏ ਦਾ ਫਰਕ ਪੈ ਸਕਦਾ, ਬਾਕੀ ਜਿਹੜੀ ਜਿਹਦੇ ਵਿੱਚ ਆਹ ਵਾਲੀ ਕੈਨੋਪੀ ਲੱਗੀ ਹੋਈ ਆ ਉਹਦਾ ਤਕਰੀਬਨ ਸੇਮ ਹੀ ਹੁੰਦਾ ਆ, ਠੀਕ ਹੈ ਭਾਜੀ। ਤੇ ਜਿਹੜਾ ਆਪਾਂ ਪਲੇਅਰ ਇਹਦੇ ਵਿੱਚ ਯੂਜ਼ ਕੀਤਾ ਭਾਜੀ, ਇਹਦੇ ਵਿੱਚ ਐਂਡਰੋਇਡ ਲਾਇਆ ਭਾਜੀ ਸਾਊਂਡ ਐਂਡ ਬਲਾਸਟ ਦਾ 10 ਇੰਚੀ, ਠੀਕ ਹੈ, 10 ਇੰਚੀ ਪਲੇਅਰ ਲੱਗਾ ਹੋਇਆ, ਫਿਟਿੰਗ ਤੁਸੀਂ ਦੇ ਸਕਦੇ ਐਨ ਪ੍ਰੋਪਰ, ਹਾਂਜੀ ਬਿਲਕੁਲ। ਤੇ ਇਹ ਜਿੱਦਾਂ ਭਾਜੀ ਓਕੇ ਚੱਲਦਾ ਐਨ ਪੂਰਾ ਪੂਰਾ ਭਾਜੀ ਪੂਰਾ ਐਨ ਵਧੀਆ ਚੱਲਦਾ ਭਾਜੀ, ਠੀਕ ਹੈ। ਤੇ ਗਰੰਟੀ ਵਾਰੰਟੀ ਇਹਦੀ ਕੋ 1 ਸਾਲ ਦੀ ਭਾਜੀ, 1 ਸਾਲ ਦੀ ਇਹਦੀ ਆਉਂਦੀ ਆ, ਹੈਨਾ। ਤੇ ਭਾਜੀ 16 GB 2 GB RAM ਦੇ ਵਿੱਚ ਪ੍ਰੋਪਰ ਆ, ਠੀਕ ਹੈ ਭਾਜੀ, ਇੱਕ ਹੁੰਦੇ ਆ ਉਹ ਲਿਖ ਦਿੰਦੇ ਆ 16 GB 2 GB ਪਰ ਨਹੀਂ ਆਉਂਦੇ, ਇਹ ਪ੍ਰੋਪਰ 16 GB 2 GB RAM ਦੇ ਵਿੱਚ ਆ, ਠੀਕ ਹੈ, ਹਾਂਜੀ। ਤੇ ਇਹ ਜਿੱਦਾਂ ਗੱਲਾਂ ਜਿਹੜੀਆਂ ਆ, ਕਿਉਂਕਿ ਜ਼ਿਆਦਾਤਰ ਮੇਰੇ ਵੀਰ ਜਿਹੜੇ ਇਦਾਂ ਨਹੀਂ ਪਤਾ ਹੁੰਦਾ, ਕਿਸੇ ਨੂੰ ਨੌਲੇਜ ਨਹੀਂ ਹੁੰਦੀ, ਆਪਾਂ ਇਸੇ ਕਰਕੇ ਤੁਹਾਡੇ ਲਈ ਘੈਂਟ ਘੈਂਟ ਵੀਡੀਓ ਲੈ ਕੇ ਆਈ ਦੀਆਂ ਕਿ ਤੁਹਾਨੂੰ ਨੌਲੇਜ ਮਿਲੇ। ਤੇ ਮੇਰਾ ਵੀਰ ਕਿਤੇ ਵੀ ਤੁਸੀਂ ਸਮਾਨ ਲਗਵਾਉਣਾ ਚਾਹੋ ਤੇ ਕੁਛ ਗੱਲਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਕਿ ਕਿਹੜੀ ਚੀਜ਼ ਆਪਾਂ ਕਿੱਦਾਂ ਦੀ ਲਗਵਾਉਣੀ ਹੈ, ਕਿਉਂਕਿ ਕਈ ਮੇਰੇ ਵੀਰ ਆ ਜਿਹੜੇ 1 GB RAM ਵਾਲਾ ਵੀ ਲਗਵਾਈ ਜਾਂਦੇ ਆ, ਪਰ ਉਹ ਬਾਅਦ ਵਿੱਚ ਜਿੱਦਾਂ ਹੈਂਗ ਹੋਣ ਲੱਗ ਪਿਆ, ਪ੍ਰੋਬਲਮ ਕੋਈ ਨਾ ਕੋਈ ਆਉਂਦੀ ਰਹਿੰਦੀ ਆ ਉਹਦੇ ਵਿੱਚ। ਤੇ 2 GB RAM ਵਾਲਾ ਇਹਦੇ ਵਿੱਚ ਲੱਗਾ ਹੋਇਆ ਤਾਂ ਐਨ ਪ੍ਰੋਪਰ ਵਧੀਆ ਫਿਟਿੰਗ ਤੁਸੀਂ ਚੈੱਕ ਕਰ ਸਕਦੇ ਆ। ਤੇ ਜਿਹੜੀ ਭਾਜੀ ਡਿਸਪਲੇ ਆਪਾਂ ਫਰੰਟ ਐਡ ਕੀਤੀ ਇਹਦੇ ਵਿੱਚ, ਹਾਂਜੀ, ਮਲਟੀ ਕਲਰ ਵਾਲੀ, ਹਾਂਜੀ, ਇਹ ਕੀ ਲੈਂਥ ਹੁੰਦੀ ਹੈ ਇਹਦੀ, ਕੀ ਹਿਸਾਬ ਕਿਤਾਬ ਹੁੰਦਾ? 3 ਫੁੱਟ ਵਾਲੀ ਆ ਇਹ ਆਪਾਂ ਨੂੰ ਕੋਸਟਿੰਗ ਕਰਦੀ ਆ 6500 ਦੇ ਕਰੀਬ। ਅੱਛਾ ਜੀ, ਹਾਂਜੀ। ਤੇ ਜਿਹੜੀ ਇਹ ਤੋਂ ਛੋਟਾ ਸਾਈਜ਼ ਵੀ ਕੋਈ ਆਉਂਦਾ ਆ? ਇਹਦੇ ਤੋਂ ਛੋਟਾ ਸਾਈਜ਼ ਵੀ ਆਉਂਦਾ ਆ। ਉਹ ਕਿੰਨੇ ਦਾ ਪੈ ਜਾਂਦਾ? ਉਹ ਭਾਜੀ ਆਪਾਂ ਨੂੰ ਕੋਸਟਿੰਗ ਕਰਦੀ ਆ ਤਕਰੀਬਨ ਕੋਈ 45 ਦੇ ਕਰੀਬ, ਠੀਕ ਹੈ, 4500 ਦੇ ਕਰੀਬ, ਠੀਕ ਹੈ ਭਾਈ। ਇਹਦੇ ਵਿੱਚ ਮਲਟੀ ਕਲਰ ਹੀ ਆਪਣੇ ਕੋਲ ਜ਼ਿਆਦਾਤਰ ਯੂਜ਼ ਹੁੰਦੀ ਆ, ਜਿਹੜੀ ਸਿੰਗਲ ਕਲਰ ਉਹ ਘੱਟ ਯੂਜ਼ ਹੁੰਦੀ, ਘੱਟ ਯੂਜ਼ ਹੁੰਦੀ ਆ। ਤੇ ਜਿਹੜੀਆਂ ਉੱਪਰ ਹਮਰ ਲਾਈਟਸ ਲੱਗੀਆਂ ਹੋਈਆਂ, ਹਾਂਜੀ ਹਾਂਜੀ, ਉਹਨਾਂ ਦੀ ਕੀ ਕੋਸਟ ਪੈ ਜਾਂਦੀ ਆਪਾਂ ਨੂੰ? ਹਮਰ ਲਾਈਟਸ ਭਾਜੀ 1,000 ਰੁਪਏ ਦੇ ਕਰੀਬ ਪੈ ਜਾਂਦੀਆਂ, ਠੀਕ ਹੈ, ਹਾਂਜੀ, 1,000 ਰੁਪਏ ਦੇ ਕਰੀਬ 5 ਪੀਸ ਹੁੰਦੇ ਆ ਇਹਨਾਂ ਦੇ, ਸਮੋਕ ਕਲਰ ਦੇ ਵਿੱਚ 5 ਪੀਸ ਜਿਹੜੇ ਆ ਉਹ ਇੰਨੇ ਕਿਤੇ ਲੱਗ ਜਾਂਦੇ, ਮਤਲਬ ਸੈਟ ਹੀ ਆਉਂਦਾ ਪੰਜਾਬ ਦਾ, ਸੈਟ, ਠੀਕ ਹੈ ਭਾਜੀ, ਠੀਕ ਹੈ। ਤੇ ਜੇ ਜਿੱਦਾਂ ਮਤਲਬ ਇੱਕ ਅੱਧੀ ਖਰਾਬ ਹੋ ਜਾਵੇ ਬਾਅਦ ਸਿੰਗਲ ਮਿਲ ਜਾਂਦੀ? ਸਿੰਗਲ ਮਿਲ ਜਾਂਦੀ, ਮਿਲ ਜਾਂਦੀ ਹੈ ਨਾ ਵੀ ਸਿੰਗਲ, ਠੀਕ ਹੈ ਵੀਰੇ, ਠੀਕ ਹੈ। ਤੇ ਬਾਕੀ ਆਪਾਂ ਬੈਕ ਸਾਈਡ ਤੋਂ ਵੀ ਇੱਕ ਵਾਰੀ ਫਿਟਿੰਗ ਚੈੱਕ ਕਰਵਾ ਦਿੰਦੇ ਆ। ਤੇ ਭਾਜੀ ਆਪਾਂ ਮੋਨੋ ਕਿਹੜਾ ਕਿਹੜਾ ਯੂਜ਼ ਕੀਤਾ ਇਹਨਾਂ ਦੇ? ਇਹਦੇ ਵਿੱਚ 2 ਸ਼ਿਕਾਗੋ ਦੇ ਮੋਨੋ ਲੱਗੇ ਹੋਏ ਆ, ਠੀਕ ਹੈ, ਤੇ ਇੱਕ ਲੱਗਾ ਹੋਇਆ ਆ ਆਈਸ ਕੰਪਨੀ ਦਾ, ਠੀਕ ਹੈ, ਹਾਂਜੀ। ਇਹ ਨਵਾਂ ਆਇਆ ਬ੍ਰਾਂਡ ਜਿਹਾ? ਨਵਾਂ ਬ੍ਰਾਂਡ ਆਇਆ, ਵਧੀਆ ਰਨਿੰਗ ਦੇ ਵਿੱਚ ਚੱਲਦਾ ਪਿਆ, ਠੀਕ ਹੈ, ਸੋਹਣਾ ਹੈ, ਵਧੀਆ ਐਮਪੀ, ਠੀਕ ਹੈ। ਤੇ ਕੀ ਕੋਸਟ ਇਹਦਾ ਮੋਨੋ ਦੀ, ਕਿੰਨੀ ਕੁ ਕੋਸਟ ਪੈ ਜਾਂਦੀ ਇਹਦੀ? ਮੋਨੋ ਭਾਜੀ ਤਕਰੀਬਨ ਸਟਾਰਟਿੰਗ ਮਾਡਲ ਹੋ ਜਾਂਦਾ ਆ ਕੋਈ 6500 ਰੁਪਏ ਤੋਂ ਕੋਈ ਸ਼ੁਰੂ ਹੋ ਕੇ, ਅੱਛਾ ਜੀ, 7,000-7,500, ਬਾਕੀ ਡਿਪੈਂਡ ਹੈ ਆਪਣੇ ਬਜਟ ਤੇ ਬੂਫਰਾਂ ਤੇ ਡਿਪੈਂਡ ਹੈ ਵੀ ਕਿਹੜੇ ਸਬ ਬੂਫਰ ਆਪਾਂ ਲਾਉਣੇ ਚਾਹੁੰਦੇ ਹਾਂ, ਠੀਕ ਹੈ। ਮਤਲਬ ਅਸੀਂ ਸੁਜੈਸਟ ਇਹੀ ਆਪਣੇ ਕਸਟਮਰ ਨੂੰ ਕਰੀਦਾ ਆ ਸਭ ਤੋਂ ਪਹਿਲਾਂ ਵੀ ਉਹ ਕਿਹੜੇ ਸਬ ਬੂਫਰ ਯੂਜ਼ ਕਰਨਾ ਚਾਹੁੰਦਾ, ਹਾਂਜੀ, ਫਿਰ ਉਸ ਤੋਂ ਬਾਅਦ ਅਸੀਂ ਮੋਨੋ ਐਮਪਲੀਫਾਇਰ ਤੇ ਜਾਈਦਾ ਆ ਵੀ ਕੱਲ ਨੂੰ ਉਹਦੇ ਵਿੱਚ ਖਰਾਬੀ ਨਾ ਆਵੇ, ਜਾਂ ਆਪਾਂ ਵੱਧ ਵੋਲਟੇਜ ਵਾਲਾ ਮੋਨੋ ਲਾ ਦਈਏ ਤਾਂ ਬੂਫਰ ਸੜ ਜਾਣੇ, ਬੂਫਰ ਸੜ, ਜੇ ਘੱਟ ਵੋਲਟੇਜ ਵਾਲਾ ਲਵਾਂਗੇ ਤਾਂ ਪ੍ਰੋਪਰ ਵੱਜਣਾ ਨਹੀਂ, ਵੱਜਣਾ ਨਹੀਂ। ਅਸੀਂ ਸੁਜੈਸ਼ਨ ਇਹੀ ਦਵਾਂਗੇ ਸਭ ਤੋਂ ਪਹਿਲਾਂ ਵੀ ਪਹਿਲਾਂ ਚੈੱਕ ਕਰੋ ਤੁਸੀਂ ਬੂਫਰ ਕਿਹੜੇ ਲਾਣੇ ਆ, ਫਿਰ ਉਹਦੇ ਹਿਸਾਬ ਨਾਲ ਮੋਨੋ ਐਮਪਲੀਫਾਇਰ ਯੂਜ਼ ਕੀਤਾ ਜਾਵੇ, ਠੀਕ ਹੈ, ਕਿਉਂਕਿ ਇਦਾਂ ਹੋ ਜਾਂਦਾ ਜੇ ਆਪਾਂ ਜਿੱਦਾਂ ਹੁਣ P2 ਹੋ ਗਿਆ, ਹਾਂਜੀ ਹਾਂਜੀ, ਹੈ ਨਾ, ਰੌਕਫੋਰਡ ਹੋ ਗਿਆ, ਕਾਫੀ ਜਿੱਦਾਂ ਜ਼ਿਆਦਾ ਪਾਵਰ ਲੈਂਦਾ, ਹੈ ਨਾ, ਇਹਨਾਂ ਨੂੰ ਭਾਜੀ ਹਮੇਸ਼ਾ ਜਿਹੜੇ ਰੌਕਫੋਰਡ ਜਾਂ ਅਪਰ ਬ੍ਰਾਂਡ ਆਪਾਂ ਜਦੋਂ ਜਾਂਦੇ ਆ ਇਹਨੂੰ ਹਮੇਸ਼ਾ ਓਰੀਜਨਲ ਐਮਪਲੀਫਾਇਰ ਤੇ ਆਪਰੇਟ ਕਰਨਾ ਚਾਹੀਦਾ, ਠੀਕ ਹੈ, ਕਿਉਂਕਿ ਜੇ ਆਪਾਂ ਹੁਣ ਰੌਕਫੋਰਡ ਦੇ ਬੂਫਰ ਲਾ ਕੇ ਸ਼ਿਕਾਗੋ ਦੇ ਮੋਨੋ ਤੇ ਚਲਾਉਂਦੇ ਆ ਨਹੀਂ ਪ੍ਰੋਪਰ ਉਹਨਾਂ ਦੀ ਮੈਚਿੰਗ ਨਹੀਂ ਬਣਨੀ, ਉਹਨੂੰ ਰੌਕਫੋਰਡ ਤੇ ਹੀ ਚਲਾਓਗੀ ਤਾਂ ਜ਼ਿਆਦਾ ਵਧੀਆ ਮੈਚਿੰਗ ਬਣਨੀ ਆ ਤੇ ਚੱਲੂਗਾ ਵਧੀਆ, ਠੀਕ
ਠੀਕ ਹੈ ਹਾਂਜੀ 4 ਚੈਨਲ ਵੀ ਤੇ 2 ਚੈਨਲ 2 ਚੈਨਲ ਹਾਂਜੀ ਠੀਕ ਹੈ ਤੇ 2 ਚੈਨਲ ਤੇ ਇਹਦਾ 4 ਵਰਕਿੰਗ ਹੋ ਜਾਂਦੇ ਜਿਦਾਂ ਆਰਾਮ ਨਾਲ ਭਾਜੀ ਆਪਰੇਟ ਹੁੰਦੇ ਆ ਠੀਕ ਹੈ ਕਿਉਂਕਿ ਇਦਾਂ ਆ ਕਿ ਆਪਾਂ ਜਿਆਦਾ ਜਿਹੜੀ ਆ ਵੋਕਲ ਜਿਹੜੀ ਆਪਾਂ ਟਵੀਟ ਵਾਈਜ਼ ਜਿਹੜੀ ਉਹ ਜਿਆਦਾ ਲੈਣੀ ਹੁੰਦੀ ਹੈ ਕਿਉਂਕਿ ਇਹ ਜਿਹੜਾ ਹੈਮਨ ਦਾ ਐਂਪਲੀਫਾਇਰ ਹੈ 2 ਚੈਨਲ ਉਹਦੇ ਵਿੱਚ ਸੈਟਿੰਗਾਂ ਹੁੰਦੀਆਂ ਤੁਸੀਂ ਉਹਦੀ ਟਵੀਟਰਿੰਗ ਵਧਾ ਵੀ ਸਕਦੇ ਆ ਘਟਾ ਵੀ ਸਕਦੇ ਆ ਉਹਦੀ ਡਿਊਰੇਬਿਲਟੀ ਜਿਆਦਾ ਹੈ ਮਤਲਬ ਹਾਲੇ ਤੱਕ ਕੋਈ ਕੰਪਲੇਂਟ ਨਹੀਂ ਹੈ ਕਦੇ ਵੀ 2 ਚੈਨਲ ਐਂਪਲੀਫਾਇਰ ਤੇ ਠੀਕ ਹੈ ਹਾਂਜੀ ਬਹੁਤ ਵਧੀਆ ਇਹਦੇ ਵਿੱਚ ਇਹ ਚੀਜ਼ ਹੋ ਜਾਂਦੀ ਹੈ ਕਿ ਜਿਦਾ ਨਾਰਮਲ ਐਂਪਲੀਫਾਇਰ ਵੀ ਕਾਫੀ ਆਉਂਦੇ ਆ ਤੇ ਪਰ ਉਹਦੇ ਵਿੱਚ ਇਦਾਂ ਆ ਕਿ ਉਹ ਸਪੀਕਰਾਂ ਲਈ ਨਹੀਂ ਵਰਕਿੰਗ ਵਧੀਆ ਰਹਿੰਦੇ ਹਨਾ ਤੇ ਆਵਾਜ਼ ਜਿਹੜੀ ਆ ਵੋਕਲ ਜਿਹੜੀ ਭਾਰੀ ਭਾਰੀ ਰਹਿਣੀ ਆ ਤੇ ਨਾਲ ਦੀ ਨਾਲ ਹੁਣ ਆਪਾਂ ਇਧਰ ਨਿਊ ਹਾਲੈਂਡ ਦੀ ਜਿਹੜੀ ਮੋਡੀਫਿਕੇਸ਼ਨ ਉਹ ਵੀ ਚੈੱਕ ਕਰਵਾਉਂਦੇ ਆ ਇਹਦੇ ਤੇ 4 ਸਬਵੂਫਰ ਵਾਲਾ ਸਿਸਟਮ ਲੱਗਾ ਹੋਇਆ ਤੇ ਭਾਈ ਇਹਦੇ ਵਿੱਚ ਆਪਾਂ 12 11 ਯੂਜ਼ ਕੀਤੇ 2 ਹਾਂਜੀ ਤੇ 2 ਕੀਤੇ 12 12 ਨਵੇਂ ਵਾਲੇ ਹਨਾ ਠੀਕ ਆ ਤੇ ਜਿਹੜੇ ਉੱਪਰ ਲੱਗੇ ਉਹ ਵੀ ਨਵੇਂ ਸੀ ਜਾਂ 22 ਦੇ ਕੋਲ ਹੀ ਸੀਗੇ ਜਿੱਦਾਂ ਕਿਵੇਂ ਉਹ ਵੀ ਆਪਾਂ ਬ੍ਰੈਂਡ ਨਿਊ ਹੀ ਲਾਏ ਬ੍ਰੈਂਡ ਨਿਊ ਹੀ ਲਾਏ ਹਨਾ ਇਹ ਔਨ ਡਿਮਾਂਡ ਲਾਏ ਸੀਗੇ 2 ਭਾਜੀ ਕਹਿੰਦਾ ਸੀਗਾ ਵੀ ਪੁਰਾਣੇ ਮਾਡਲ ਵਾਲੇ ਲਾਣੇ ਆ 2 ਨਵੇਂ ਮਾਡਲ ਵਾਲੇ ਲਾਣੇ ਠੀਕ ਆ ਤੇ ਇਹਦੇ ਵਿੱਚ ਇਦਾਂ ਆ ਕਿ ਇਹ ਥੋੜਾ ਜਿਹਾ ਮਿਲਦਾ ਵੀ ਡਿਮਾਂਡ ਵਿੱਚ ਹੀ ਆ 12 11 ਥੋੜਾ ਜਿਹਾ ਰੇਟ ਦੂਸਰੇ ਨਾਲੋਂ ਜ਼ਿਆਦਾ ਰਹਿੰਦਾ ਹਨਾ ਤੇ ਇਹਦੀ ਕੀ ਕੋਸਟ ਆਪਾਂ ਨੂੰ ਇਸ ਟਾਈਮ ਕਿੰਨੀ ਹੈ ਇਹਦੀ ਕੋਸਟ ਇਸ ਟਾਈਮ ਇਹਦਾ 48 ਤੋਂ 5000 ਦੇ ਕਰੀਬ ਇਹਦਾ ਹੋਊਗਾ ਅੱਛਾ ਜੀ ਕੋਸਟਿੰਗ ਜਿਹੜੀ ਪੈਂਦੀ ਪਈ ਆ ਠੀਕ ਆ ਹਾਂਜੀ ਹਾਂਜੀ ਤੇ ਅਵੇਲੇਬਲ ਆਪਣੇ ਕੋਲ ਕਰਵਾ ਦੇਵਾਂਗੇ ਇਹ ਜਦੋਂ ਮਰਜ਼ੀ ਲੈ ਸਕਦੇ ਆ ਤੋ ਸਾਡੇ ਕੋਲ ਅਵੇਲੇਬਲ ਕਰਾ ਦੇਵਾਂਗੇ ਠੀਕ ਆ ਤੇ ਜਿਹੜੀ ਪੇਟੀ ਲੱਗੀ ਹੋਈ ਉਹ ਤੁਸੀਂ ਮੋਰਾਂ ਦੇ ਸਕਦੇ ਬਹੁਤ ਘੈਂਟਾ ਲਾਈਟਿੰਗ ਕਾਫੀ ਕੀਤੀ ਹੋਈ ਆ ਜੇ ਰਾਤ ਦਾ ਸ਼ਾਟ ਹੋ ਸਕਿਆ ਤਾਂ ਆਪਾਂ ਤੁਹਾਨੂੰ ਜ਼ਰੂਰ ਐਡ ਕਰਾਂਗੇ ਤੇ ਹਾਲੈਂਡ ਵਾਲਿਆਂ ਦੀ ਬੈਚਿੰਗ ਇਹ ਸਪੈਸ਼ਲ ਫਰੇਮ ਤਿਆਰ ਕਰਕੇ ਭਾਜੀ ਇਹ ਫਰੰਟ ਤੇ ਲਾਇਆ ਸੀਗਾ ਅੱਛਾ ਜੀ ਇਹਦੇ ਵਿੱਚ ਪੂਰੀ ਲਾਈਟਿੰਗ ਚੱਲਦੀ ਉਹਦੇ ਵਿੱਚ ਬਲੂ ਲਾਈਟ ਚੱਲਦੀ ਆ ਠੀਕ ਹੈ ਹਾਲੈਂਡ ਵਾਲੇ ਜੇ ਚ ਲਿਖਿਆ ਹੋਇਆ ਠੀਕ ਹੈ ਤੇ ਭਾਜੀ ਜਿਹੜੇ ਇਹ ਓਵਲ ਆ ਪਾਈਨਰ ਦੇ ਹਾਂਜੀ ਹਾਂਜੀ ਇਹ ਕਾਫੀ ਡਿਫਰੈਂਟ ਆ ਉਹਨਾਂ ਨਾਲ ਇਹ 600 ਵਾਟ ਦੇ ਵਿੱਚ ਆ ਅੱਛਾ ਜੀ ਹਾਂਜੀ ਤੇ ਉਹ ਕਿੰਨੇ ਵਾਟ ਸੀਗੇ ਉਹ 420 ਵਾਟ ਉਹ 420 ਵਾਟ ਹਨਾ ਇਹ ਥੋੜੇ ਹੈਵੀ ਵਿੱਚ ਆ ਜਾਂਦੇ ਆ ਹਨਾ ਠੀਕ ਹੈ ਤੇ ਇਹਨਾਂ ਦੀ ਕੀ ਕੋਸਟ ਆਪਾਂ ਨੂੰ ਪੈਂਦੀ ਆ ਇਹ 3500 ਰੁਪਏ ਦੇ ਕਰੀਬ 3500 ਦੇ ਪੈਂਦੇ ਤੇ ਉਹ ਕਿੰਨੇ ਕਦੇ ਸੀਗੇ ਉਹ 2500 ਰੁਪਏ ਉਹ 2500 ਦੇ ਹਨਾ ਠੀਕ ਹੈ ਭਾਜੀ ਠੀਕ ਹੈ ਤੇ ਇਦਾਂ ਹੋ ਜਾਂਦਾ ਆ ਵੀ ਜੇ ਮਤਲਬ ਆਪਾਂ ਜ਼ਿਆਦਾ ਲਗਾਉਣੇ ਹੋਣ ਹਾਂਜੀ ਤੇ ਫਿਰ ਆਪਾਂ ਸਸਤੇ ਵਾਲ ਵੀ ਜਾ ਸਕਦੇ ਆ ਜੇ ਆਪਾਂ ਮਤਲਬ ਚਾਹੁੰਦੇ ਆ ਵੀ ਕੁਆਲਿਟੀ ਵੀ ਜ਼ਿਆਦੀ ਹੋਵੇ ਤੇ ਚੀਜ਼ ਖਰ ਜਿਦਾਂ ਭਰਿਆ ਭਰਿਆ ਨਾ ਰਵੇ ਸਮਾਨ ਵੀ 4 ਓਵਰ ਲਾ ਲਈਏ ਤੇ ਬਹੁਤ ਆਵਾਜ਼ ਹੋਵੇ ਫਿਰ ਆਪਾਂ ਥੋੜਾ ਉੱਪਰ ਜਾ ਸਕਦੇ ਆ ਜੇ ਇਦੂ ਉੱਪਰ ਵੀ ਜਾਣਾ ਹੋਵੇ ਤਾਂ ਆਪਾਂ ਫਿਰ ਰੌਕਫੋਰਡ ਵਾਲੀ ਸਾਈਡ ਜਾ ਸਕਦੇ ਆ ਉਹਦੇ ਵਿੱਚ ਆਪਣੀ ਪ੍ਰਾਈਮ ਸੀਰੀ ਵੀ ਆ ਜਾਂਦੀ ਜਿਹੜੀ ਥੋੜੀ ਕੋਸਟ ਲੋ ਹੁੰਦੀ ਆ ਤੇ 5 ਸੀਰੀ ਜਿਹੜੀ ਕੋਸਟ ਉੱਪਰ ਚਲੇ ਜਾਂਦੀ ਆ ਤੇ ਬਾਕੀ ਉਹ ਬੈਕ ਸਾਈਡ ਤੋਂ ਪੇਟੀ ਤੁਹਾਨੂੰ ਦਿਖਾਉਨੇ ਆ ਬਹੁਤ ਸੋਹਣੀ ਤਿਆਰ ਹੋਈ ਹੋਈ ਆ ਬੈਕ ਸਾਈਡ ਤੋਂ ਪੇਟੀ ਤੇ ਬੈਕ ਸਾਈਡ ਤੋਂ ਤੁਸੀਂ ਪੇਟੀ ਦੇ ਸਕਦੇ ਆ ਤੇ ਇਹਦੇ ਵਿੱਚ ਭਾਜੀ ਆਪਾਂ ਕਿਹੜਾ ਕਿਹੜਾ ਮੋਨੋ ਯੂਜ਼ ਕੀਤਾ ਇਹਦੇ ਵਿੱਚ ਵੀ ਭਾਜੀ ਸ਼ਿਕਾਗੋ ਦੇ ਮੋਨੋ ਯੂਜ਼ ਕੀਤੇ ਆਪਾਂ ਠੀਕ ਹੈ ਹਾਂਜੀ ਗੋਲਡ ਸੀਰੀਜ਼ ਦੇ ਵਿੱਚ 999 ਜਿਹੜਾ ਮੋਨੋ ਠੀਕ ਹੈ ਤੇ ਬਹੁਤ ਮਤਲਬ ਵਧੀਆ ਚੱਲਦਾ ਹੈ ਬਹੁਤ ਵਧੀਆ ਬਹੁਤ ਵਧੀਆ ਕਿਉਂਕਿ ਇਹਦੇ ਵਿੱਚ ਇਦਾਂ ਹੋ ਜਾਂਦਾ ਨਾ ਇਹ ਸੜਦਾ ਆ ਨਾ ਇਹ ਸੜਦਾ ਹੈ ਹਾਂਜੀ ਹਾਂਜੀ ਹਨਾ ਭਾਜੀ ਅੱਗੇ ਹੁੰਦਾ ਸੀਗਾ ਆਪਣੇ ਅੱਗੇ ਲੋਕਾਂ ਨੂੰ ਜ਼ਿਆਦਾ ਨਹੀਂ ਸੀ ਨੌਲੇਜ ਅੱਗੇ ਆਪਣੇ ਸਭ ਤੋਂ ਜ਼ਿਆਦਾ ਇੰਟਰਫਾਇਰ ਲੱਗਦਾ ਹੁੰਦਾ ਹੈ ਭਾਜੀ ਇੰਟਰਫਾਇਰ ਦੇਖੋ ਇਦਾਂ ਆ ਲੋਕਲ ਬ੍ਰਾਂਡ ਆ ਹਾਂਜੀ ਉਹਦੇ ਵਿੱਚ ਤੁਸੀਂ ਪਾਵਰ ਨੂੰ ਮੈਚ ਨਹੀਂ ਕਰ ਸਕਦੇ ਮੈਚ ਨਹੀਂ ਕਰ ਸਕਦੇ ਉਹਨੂੰ ਸਬਵੂਫਰ ਚਾਹੀਦੇ ਬਹੁਤ ਹੈਵੀ ਹਾਂਜੀ ਹਾਂਜੀ ਉਹ ਇਸ ਕਰਕੇ ਉਹ ਮੈਕਸਿਮਮ ਪ੍ਰੋਬਲਮ ਇਹੀ ਆਉਂਦੀ ਆ ਕਸਟਮਰ ਆ ਕੇ ਕਹਿ ਦਿੰਦਾ ਭਾਜੀ ਬੂਫਰ ਸੜ ਗਿਆ ਬੂਫਰ ਸੜ ਗਿਆ ਹਾਂਜੀ ਮਤਲਬ ਮੈਕਸਿਮਮ ਉਹਦੇ ਵਿੱਚ ਇਹ ਪ੍ਰੋਬਲਮ ਆਉਂਦੀ ਮਤਲਬ ਆਪਾਂ ਜੇ ਸਿੱਧੀ ਭਾਸ਼ਾ 'ਚ ਕਹੀਏ ਵੀ ਉਹ ਧੱਕਾ ਕਰਦੀ ਆ ਧੱਕਾ ਕਰਦੇ ਆ ਕਿਉਂਕਿ ਸੁਦਾ ਕਰੰਟੀ ਮਾਰਦੀ ਆ ਉਹ ਬਿਲਕੁਲ ਹਨਾ ਤੇ ਉਹਨੂੰ ਜੇ ਮੋਰੇ ਸਬਵੂਫਰ ਨਾ ਮਤਲਬ ਕਾੜ ਕੱਢਣਾ ਨਾ ਹੋਵੇ ਤੇ ਉਹਦਾ ਕੰਮ ਹੋ ਹੀ ਜਾਣਾ ਹਨਾ ਤੇ ਬਾਕੀ ਭਰਾ ਦੀ ਬਹਿ ਜਾਈ ਤੇ ਆਪਾਂ ਇੰਸਟਾਗ੍ਰam ਦੀ ਆਈਡੀ ਤੇ ਕੰਟੈਕਟ ਨੰਬਰ ਐਡ ਕਰ ਦਾਂਗੇ ਕੋਈ ਵੀ ਡਿਟੇਲ ਲੈਣੀ ਹੋਵੇ ਤੇ ਭਰਾ ਨੂੰ ਕਾਲ ਕਰ ਸਕਦੇ ਆ ਕਿਸੇ ਵੀ ਟਾਈਮ ਤੇ ਭਾਜੀ ਜਿਹੜੀ ਆਪਣੀ ਸ਼ਿਕਾਗੋ ਦੀ ਮੋਨੋ ਆਉਂਦੀ ਆ 1000 ਨੰਬਰ ਹਾਂਜੀ ਉਹਦੀ ਕੀ ਕੋਸਟ ਪੈ ਜਾਂਦੀ ਆ ਭਾਜੀ 1000 ਨੰਬਰ ਇਦਾਂ 1000 ਨੰਬਰ ਦੇ ਵਿੱਚ ਪਾਵਰ ਥੋੜੀ ਵੱਧ ਪਾਈ ਹੋਈ ਆ ਉਹਦੀ ਕੋਸਟਿੰਗ ਹੈਗੀ ਆ 8000 ਠੀਕ ਹੈ ਹਾਂਜੀ ਤੇ 999 ਦੀ 999 ਪੈ ਜਾਂਦਾ ਭਾਜੀ 6500 ਰੁਪਏ ਦੇ 6500 ਦੀ ਇਹ ਪੈ ਜਾਂਦੀ ਆ ਠੀਕ ਹੈ ਤੇ ਇਦਾਂ ਆ ਵੀ ਮਤਲਬ ਰੇਟ ਬੜਾ ਫਰਕ ਨਹੀਂਗਾ ਪਰ ਜੇ ਮਤਲਬ ਥੋੜੇ ਤੁਸੀਂ ਵਧੀਆ ਵੂਫਰ ਯੂਜ਼ ਕਰਨੇ ਫਿਰ ਤੁਸੀਂ ਉੱਪਰ ਜਾ ਸਕਦੇ ਹੋ ਵਿੱਚ ਹਨਾ ਤੇ ਸਮਰੇ ਭਾਜੀ ਜਿੱਦਾਂ ਮੈਂ ਇਹ ਵੀ ਤੁਹਾਨੂੰ ਪੁੱਛਣਾ ਚਾਹੁੰਦਾ ਜਿੱਦਾਂ ਹੁਣ ਆਪਾਂ ਪਾਈਨਰ ਵਗੈਰਾ ਯੂਜ਼ ਕਰਦੇ ਆ 4 ਸਬਵੂਫਰ ਇੱਥੇ ਆਪਾਂ ਯੂਜ਼ ਕੀਤੇ ਆ ਇਹਦੇ ਲਈ ਵੀ ਆਪਾਂ ਨੂੰ ਬੈਟਰੀ ਵਗੈਰਾ ਕੋ ਚੇਂਜ ਕਰਨ ਦੀ ਲੋੜ ਪੈਂਦੀ ਕਿ ਮਤਲਬ ਨਾਰਮਲ ਚੱਲਦੇ ਰਹਿੰਦੇ ਜਿਹੜੇ ਜਿੱਦਾਂ ਹੁਣ ਸਪੈਸ਼ਲ ਐਡੀਸ਼ਨ ਟਰੈਕਟਰ ਹੈ ਇਹਦੀ ਹਾਰਸ ਪਾਵਰ ਵੱਧ ਕਰਕੇ ਇਹਨੂੰ ਅਲਟਰਨੇਟਰ ਥੋੜਾ ਵੱਡਾ ਦਿੰਦੀ ਕੰਪਨੀ ਅੱਛਾ ਜੀ ਇਹਦੇ ਉੱਪਰ ਆਪਾਂ ਚੇਂਜਸ ਨਹੀਂ ਕਰੀਦੀਆਂ ਠੀਕ ਹੈ ਕਿਉਂਕਿ ਇਹਦਾ ਅਲਟਰਨੇਟਰ ਆਲਰੇਡੀ ਪਹਿਲਾਂ ਹੀ ਉਹਨਾਂ ਨੇ ਥੋੜੀ ਵੱਧ ਪਾਵਰ ਦਾ ਕੱਢਿਆ ਹੋਇਆ ਇਹ ਤੇ ਚੱਲ ਜਾਂਦੇ ਆ ਨਾਰਮਲੀ ਇਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਠੀਕ ਹੈ ਇਹਦੇ ਵਿੱਚ ਜਿਹੜੇ ਆਪਾਂ ਹੁਣ ਰਨ ਕਰ ਰਹੇ ਹਾਂ ਮਿਊਜ਼ਿਕ ਸਿਸਟਮ ਇਹ ਓਰੀਜਨਲ ਲੱਗਾ ਹੋਇਆ ਅਲਟਰਨੇਟਰ ਤੇ ਓਰੀਜਨਲ ਹੀ ਬੈਟਰੀ ਹੈ ਜਿਹੜੀ ਕੰਪਨੀ ਦੀ ਠੀਕ ਹੈ ਸਿਰਫ ਡਿਪੈਂਡ ਇਹ ਆ ਵੀ ਜਿੱਦਾਂ ਹੁਣ ਆਪਾਂ ਵਾਇਰ ਕਿਹੜੀ ਯੂਜ਼ ਕੀਤੀ ਹੈ ਇਹਦੇ ਵਿੱਚ ਪਿਓਰ ਕਾਪਰ ਦੀ 8 ਐਮਐਮ ਦੀ ਵਾਇਰ ਯੂਜ਼ ਕੀਤੀ ਹੋਈ ਹੈ ਆਪਾਂ ਠੀਕ ਹੈ ਪੂਰਾ ਕਰੰਟ ਕੱਢੂਗੀ ਠੀਕ ਹੈ ਜੇ ਹੁਣ ਆਪਾਂ ਵਾਇਰ ਘੱਟ ਗੇਜ ਵਾਲੀ ਯੂਜ਼ ਕਰਦੇ ਆ ਜਾਂ ਕੋਈ ਲੋਕਲ ਲੈ ਕੇ ਪਾ ਦਿੰਦੇ ਆ ਹਾਂਜੀ ਹਾਂਜੀ ਉਹਦੇ ਨਾਲ ਬੂਫਰ ਸਣ ਦਾ ਵੀ ਖਤਰਾ ਰਹਿੰਦਾ ਹੈ ਉਹਨੂੰ ਕਰੰਟ ਪੂ
ਦੇ ਕਰੀਬ ਲੈਂਥ ਇਹਦੀ ਹੈਗੀ ਆ ਠੀਕ ਹੈ ਵਜ਼ਨ ਕਾਫੀ ਆ ਇਹਦਾ ਮਤਲਬ ਕੁਆਂਟਲ ਦੇ ਕਰੀਬ ਇਹਦਾ ਵਜ਼ਨ ਹੋ ਜਾਂਦਾ ਠੀਕ ਹੈ ਤੇ ਬੰਪਰ ਕਿੰਨੇ ਕੁ ਦਾ ਤਿਆਰ ਹੋ ਜਾਂਦਾ ਜੇ ਲਗਵਾਉਣਾ ਹੋਵੇ ਸੇਮ ਇਹੀ ਚੀਜ਼ ਆ ਇਹ ਭਾਜੀ 30,000 ਰੁਪਏ ਦੇ ਕਰੀਬ ਮੰਨ ਕੇ ਚੱਲੋ ਠੀਕ ਹੈ ਬਾਕੀ ਅਪਰੋਕਸ ਉੱਪਰ ਥੱਲੇ ਹੋ ਜਾਂਦਾ ਕਈ ਵਾਰੀ ਲੋਹੇ ਦਾ ਰੇਟ ਵੱਧ ਹੁੰਦਾ ਕਈ ਵਾਰੀ ਘੱਟ ਹੁੰਦਾ ਮਤਲਬ ਇੰਨੇ ਕੁ ਦੇ ਵਿੱਚ ਤਿਆਰ ਹੋ ਜਾਂਦਾ ਠੀਕ ਹੈ ਭਾਜੀ ਤੇ ਬਲਿੰਗਰ ਲਗਾ ਹੋਇਆ ਦੇ ਸਕਦੇ ਆ ਇਹ ਜ਼ਿਆਦਾਤਰ ਆਪਣੇ ਵੀਰ ਜਿਹੜੇ ਥੱਲੇ ਬਹੁਤ ਅੱਜ ਕੱਲ੍ਹ ਲਵਾਉਂਦੇ ਟਰੈਕਟਰਾਂ ਦੇ ਹਨਾ ਤੇ ਥੱਲੇ 42 ਇੰਚ ਵਾਲੀ ਜਿਹੜੀ ਬਾਰ ਲੱਗੀ ਹੋਈ ਦੇ ਸਕਦੇ ਫੁੱਲ ਲੈਂਥ ਤੇ ਕੀ ਕੋਸਟ ਭਾਜੀ ਇਹਦੀ ਪੈ ਜਾਂਦੀ ਬਾਰ ਦੀ ਆਪਾਂ ਨੂੰ ਇਹ ਬਾਰ ਭਾਜੀ ਆਪਾਂ ਨੂੰ ਮਿਲ ਜੂਗੀ ਤਕਰੀਬਨ ਕੋਈ 2500 ਰੁਪਏ ਦੇ ਕਰੀਬ 2500 ਫੁੱਲ ਲੈਂਥ ਠੀਕ ਹੈ ਹਾਂਜੀ ਜਿਹੜੀ ਮਰਕਰੀ ਦੇ ਵਿੱਚ ਠੀਕ ਹੈ ਤੇ ਜਿਹੜਾ ਬਲਿੰਗਰ ਆ ਬਲਿੰਗਰ 1000 ਰੁਪਏ 1000 ਰੁਪਏ ਦਾ ਹੋਊ ਤੇ ਇੱਕ ਚੀਜ਼ ਮੈਂ ਹੋਰ ਤੁਹਾਨੂੰ ਪੁੱਛਣਾ ਚਾਹੁੰਦਾ ਜਿੱਦਾਂ ਭਾਜੀ ਪਹਿਲਾਂ ਬਾਰ ਆਉਂਦੀਆਂ ਸੀਗੀਆਂ ਉਹਨਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਹੁੰਦੀ ਜੀ ਹੈਨਾ ਜਿੱਦਾਂ ਹੁਣ ਇਹ ਵੀ ਪਲਾਸਟਿਕ ਦੇ ਵਿੱਚ ਲੱਗੀ ਹੋਈ ਆ ਹਾਂਜੀ ਹਾਂਜੀ ਤੇ ਇਹਨਾਂ ਦੇ ਥੋੜਾ ਬਹੁਤਾ ਪਾਣੀ ਦੀ ਜਿੱਦਾਂ ਆ ਜਾਂਦੀ ਪ੍ਰੋਬਲਮ ਹੈਨਾ ਥੋੜੇ ਟਾਈਮ ਬਾਅਦ ਭਾਜੀ ਐਕਚੁਅਲ ਦੇ ਵਿੱਚ ਨਾ ਜਿਹੜੀ ਪਹਿਲਾਂ ਉਹ ਆਉਂਦੀਆਂ ਸੀ ਸ਼ੀਸ਼ੇ ਵਾਲੀ ਉਹਦੇ ਵਿੱਚ ਪ੍ਰੋਬਲਮ ਇਹ ਆਉਂਦੀ ਹੁੰਦੀ ਸੀਗੀ ਉਹਦੀ ਪਿੱਛੇ ਨੂੰ ਲੈਂਥ ਬਹੁਤ ਹੁੰਦੀ ਸੀ ਹੀਟ ਸਿੰਕ ਵੱਡਾ ਲੱਗਾ ਹੁੰਦਾ ਹਾਂਜੀ ਹਾਂਜੀ ਉਹ ਫਿਰ ਕਿਤੇ ਫਿਟਿੰਗ ਆਉਂਦੀ ਸੀ ਕਿਤੇ ਨਹੀਂ ਫਿਟਿੰਗ ਆਉਂਦੀ ਸੀਗੀ ਇਸ ਕਰਕੇ ਉਹ ਹੁਣ ਪਤਲੀ ਵਾਲੀ ਬਾਰ ਲਾਈਟ ਹੀ ਹਮੇਸ਼ਾ ਯੂਜ਼ ਕਰਦੇ ਆ ਠੀਕ ਹੈ ਹਾਂਜੀ ਤੇ ਪਰ ਮਤਲਬ ਹੁਣ ਵੀ ਮਿਲ ਜਾਂਦੀ ਉਹ ਚੀਜ਼ ਕਿਉਂਕਿ ਉਹ ਇਦਾਂ ਉਹ ਚੀਜ਼ ਖਰਾਬ ਨਹੀਂ ਸੀ ਕਰਦੀ ਉਹ ਚੀਜ਼ ਖੱਜਲ ਨਹੀਂ ਸੀ ਕਰਦੀ ਉਹ ਚੀਜ਼ ਹੈਨਾ ਇਹ ਚੀਜ਼ ਫੇਰ ਵੀ ਪ੍ਰੋਬਲਮ ਦੇ ਦਿੰਦੀ ਆ ਜਦੋਂ ਉਹ ਰੀਅਰ ਆ ਕਿਸੇ ਕੋਲ ਜੇ ਪਈਆਂ ਹੋਣ ਤਾਂ ਮਿਲ ਸਕਦੀਆਂ ਵੈਸੇ ਮੁਸ਼ਕਲ ਆ ਥੋੜਾ ਠੀਕ ਹੈ ਇਦਾਂ ਵੀ ਬਾਕੀ ਉਹਦਾ ਰੇਟ ਵੀ ਥੋੜਾ ਜਿਹਾ ਜ਼ਿਆਦਾ ਵੱਧ ਵੱਧ ਸੀ ਹੈਨਾ ਇਹਨਾਂ ਦਾ ਰੇਟ ਦਾ ਬਹੁਤ ਫਰਕ ਅੱਧੋ ਅੱਧੀ ਦਾ ਫਰਕ ਜਿੱਦਾਂ ਹੁਣ ਰੇਟ ਦਾ ਪੈ ਗਿਆ ਆ ਤੇ ਬਹੁਤ ਜ਼ਿਆਦਾ ਡਿਫਰੈਂਸ ਆ ਤੇ ਬਾਕੀ ਇਹ ਵੀਡੀਓ ਆਪਾਂ ਇੱਥੇ ਕਰਦੇ ਆ ਖਤਮ ਵੀਡੀਓ ਘੈਂਟ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਮਰੇ ਭਰਾ ਦਾ ਕੰਮ ਕਿਹੋ ਜਿਹਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਗੇ ਨਵੇਂ ਨਵੇਂ ਅਪਡੇਟ ਆਪਾਂ ਤੁਹਾਡੇ ਲੈ ਕੇ ਆਉਂਦੇ ਰਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ NCS ਦਾ ਮਿਊਜ਼ਿਕ ਇੰਜੋਏ ਕਰੋ ਪੰਜਾਬੀ ਵਰਜ਼ਨ ਲਈ ਮੇਰੇ ਇੰਸਟਾਗ੍ਰਾਮ ਅਕਾਊਂਟ ਤੇ ਜਾ ਕੇ ਤੁਸੀਂ ਵੀਡੀਓ ਦੇਖ ਸਕਦੇ ਆ ਥੈਂਕ ਯੂ ਜੀ